ਪਰਮ ਸਤਿਕਾਰਯੋਗ ਆੜੇ ਸੁੱਤੇ ਪਏ ਨੇ ਨਾ, ਇੱਕ ਮੇਰੀ ਛੋਟੀ ਜਿਹੀ ਗੱਲ ਸੁਣ ਲਓ ਕਿ ਮੈਂ ਜਥੇਦਾਰਾਂ ਦਾ ਸਤਿਕਾਰ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਗੱਲ ਸੁਣਾ ਦੇਣਾ। ਇੱਕ ਕਹਾਵਤ ਬਣੀ ਸੀ, ਜਾਗਦਿਆਂ ਦੀਆਂ ਕੱਟੀਆਂ ਅਤੇ ਸੁੱਤਿਆਂ ਦੇ ਕੱਟੇ। ਉਹ ਦੋ ਗੁਆਂਢੀ ਸਨ ਆਪਸੇ 'ਚ, ਅਤੇ ਇੱਕ ਆਖਿਆ ਕਰੇ ਵੀ ਜਾਗਦਿਆਂ ਦੀਆਂ ਕੱਟੀਆਂ ਅਤੇ ਸੁੱਤਿਆਂ ਦੇ ਕੱਟੇ, ਉਹਦੇ ਮੱਝਾਂ ਸਨ ਸੂਣ ਵਾਲੀਆਂ ਦਿਓ। ਇੱਕ ਦੇ ਆਰਾਮ ਨਾਲ ਸੁੱਤਾ ਰਿਹਾ ਕਰੇ, ਕਹਿੰਦਾ ਲੈ ਯਾਰ ਇਹ ਕਿੱਦਾਂ ਹੋ ਸਕਦਾ, ਜਾਗਦੀਆਂ ਦੀਆਂ ਕੱਟੀਆਂ ਅਤੇ ਸੁੱਤਿਆਂ ਦੇ ਕੱਟੇ। ਉਹ ਕਰਨੀ ਪਰਮੇਸ਼ਰ ਦੀ ਇਹੋ ਜਿਹੀ ਹੋਈ, ਜਿਹੜਾ ਜਾ ਕੇ ਰਹਿੰਦਾ ਸੀ ਅੱਧੀ ਰਾਤ ਦਾ ਟਾਈਮ, ਤੋਂ ਮੱਝ ਨੇ ਦਿੱਤਾ ਕੱਟਾ। ਉਹਨੇ ਕਿਹਾ ਯਾਰ ਇਹ ਤਾਂ ਕੰਮ ਉਲਟਾ ਜਿਹਾ ਹੋ ਗਿਆ। ਉਹਦੇ ਮਨ 'ਚ ਖਿਆਲ ਆਇਆ ਵੀ ਮੱਝ ਤਾਂ ਗੁਆਂਢੀ ਦੀ ਵੀ ਸੂਣ ਵਾਲੀ ਸੀ। ਉਹਦੇ ਘਰ ਗਿਆ ਅਤੇ ਉਹਦੀ ਮੱਝ ਸੂਈ ਅਤੇ ਉਹਨੇ ਦਿੱਤੀ ਕੱਟੀ। ਉਹਨੇ ਕਿਹਾ ਸੁੱਤਾ ਪਿਆ ਇਹਨੂੰ ਕਿੱਥੇ ਪਤਾ ਲੱਗਣਾ, ਉਹਨੇ ਉਹਦੀ ਕੱਟੀ ਚੱਕੀ ਦੀ ਆਪਣੇ ਘਰ ਲੈ ਆਇਆ ਅਤੇ ਕੱਟਾ ਚੁੱਕ ਕੇ ਅਤੇ ਉਹਦੇ ਕਿਲੇ 'ਤੇ ਬੰਨਿਆ ਆਇਆ। ਅਤੇ ਆਹ ਹੁਣ ਜਿਹੜੇ ਸੁੱਤੇ ਹੋ ਨਾ ਤੁਸੀਂ, ਆਏ ਵੀ ਅਤੇ ਸੌਂ ਕੇ ਵੀ ਤੁਰ ਗਏ, ਅਤੇ ਇਹਦਾ ਫਾਇਦਾ ਨਹੀਂ ਹੋਣਾ ਕੁਛ ਵੀ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ, ਪਾਵਨ ਪਵਿੱਤਰ ਉੱਚੀ ਸੁੱਚੀ ਅਤੇ ਨਿੱਘੀ ਗੋਦ ਆਨੰਦ ਮਾਣ ਰਹੀ ਗੁਰੂ ਰੂਪ ਗੁਰਸਵਾਰੀ ਸਾਧ ਸਿੰਘ ਜੀਓ, ਅੱਜ ਤਾਂ ਆਪਾਂ ਮਹਾਂਪੁਰਸ਼ਾਂ ਦੀ ਯਾਦ ਮਨਾਉਣ ਵਾਸਤੇ ਜਾ ਰਹੇ ਹਾਂ। ਪੰਥ ਦੀਆਂ ਮਹਾਨ ਹਸਤੀਆਂ ਜਿਨ੍ਹਾਂ ਦੀ ਜ਼ਬਾਨ 'ਚੋਂ ਨਿਕਲਿਆ ਬੋਲ ਜਿਸ 'ਤੇ ਸਮੁੱਚੇ ਪੰਥ ਦੀ ਮੋਹਰ ਲੱਗਦੀ ਹੈ, ਮੇਰੇ ਕਹਿਣ ਤੋਂ ਭਾਵ ਸਿੰਘ ਸਾਹਿਬਾਨ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ, ਸਿੰਘ ਸਾਹਿਬ ਗੁਰਦੁਆਰਾ ਕੇ ਆਪਣੇ ਕੇਸਗੜ੍ਹ ਸਾਹਿਬ ਗੁਰੂ ਘਰ ਦੇ ਜਥੇਦਾਰ ਸਾਹਿਬ ਜੀ, ਦੂਜੇ ਨੰਬਰ 'ਤੇ ਗਿਆਨੀ ਮੱਲ ਸਿੰਘ ਜੀ ਜਥੇਦਾਰ ਸਾਹਿਬ ਗੁਰਦੁਆਰਾ ਕੇਸਗੜ੍ਹ ਸਾਹਿਬ ਗੁਰੂ ਘਰ ਦੇ ਜਥੇਦਾਰ ਜੀ, ਸਿੰਘ ਸਾਹਿਬ ਗੁਰ ਇਕਬਾਲ ਸਿੰਘ ਜੀ, ਗੁਰ ਇਕਬਾਲ ਸਿੰਘ ਜੀ ਸਿੰਘ ਸਾਹਿਬਾਨ ਆਪਣੇ ਪਟਨਾ ਸਾਹਿਬ ਦੇ, ਅਤੇ ਹੋਰ ਬੇਅੰਤ ਜਿੰਨੇ ਵੀ ਇੱਥੇ ਆਪਣੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵਦਾਂਤੀ ਜੀ, ਜਿਹੜੇ ਕਿ ਬੜੀ ਕਿਰਪਾ ਕਰਦੇ ਨੇ ਸਾਲ ਦੇ ਸਾਲ ਹੀ, ਉਹ ਵੀ ਤਸ਼ਰੀਫ ਰੱਖ ਕੇ ਆਏ ਨੇ, ਲੈ ਕੇ ਆਏ ਨੇ। ਮੇਰੇ ਕੋਲ ਕੋਈ ਸ਼ਬਦ ਨਹੀਂ ਕਿ ਮੈਂ ਇਹਨਾਂ ਦਾ ਕੋਈ ਸ਼ਬਦਾਂ ਰਾਹੀਂ ਇਹਨਾਂ ਦਾ ਧੰਨਵਾਦ ਕਰ ਸਕਾਂ, ਪਰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਦਾ ਸਤਿਕਾਰ ਕਰਦਾ ਔਰ ਇਹਨਾਂ ਦੇ ਮਾਣ ਵੀ ਕਰਦਾ। ਅਕਸਰ ਮੇਰੀ ਲੜਾਈ ਤੋਂ ਦੋ ਤਿੰਨ ਗੱਲਾਂ ਪਿੱਛੇ ਹੁੰਦੀ ਰਹਿੰਦੀ ਹੈ। ਕਈ ਵਾਰੀ ਸਿੰਘ ਸਾਹਿਬਾਨ ਕੋਈ ਹੁਕਮਨਾਮਾ ਜਾਰੀ ਕਰਦੇ ਨੇ ਅਤੇ ਕਈਆਂ ਬੰਦਿਆਂ ਜਦੋਂ ਢਿੱਡ ਦੁਖਦਾ ਨਾ, ਉਹ ਕਹਿੰਦੇ ਨੇ ਵੀ ਸਿੰਘ ਸਾਹਿਬ ਇਹਨੂੰ ਇੰਝ ਕਰਨਾ ਚਾਹੀਦਾ ਸੀ, ਇੰਝ ਕਰਨਾ ਚਾਹੀਦਾ ਸੀ। ਮੈਂ ਕਿਹਾ ਯੂ ਆਰ ਟੋਟਲੀ ਰੋਂਗ ਵੇਅਰ ਦਾ ਕੁਐਸਚਨ ਆਫ ਸਿੰਘ ਸਾਹਿਬਾਨ ਰਿਸਪੈਕਟ, ਜਿੱਥੇ ਉਹਨਾਂ ਦੀ ਇੱਜ਼ਤ ਦਾ ਸਵਾਲ ਹੈ, ਤੁਸੀਂ ਬਿਲਕੁਲ ਗਲਤ ਹੋ। ਸਿੰਘ ਸਾਹਿਬਾਨ ਨੇ ਫੈਸਲਾ ਉਹ ਦੇਣਾ ਜਿਹੜਾ ਸਮੁੱਚੀ ਸਿੱਖ ਕੌਮ ਨੂੰ ਫਿੱਟ ਪਵੇ, ਅਤੇ ਇੱਕ ਇੱਕ ਬੰਦੇ ਦੀ ਗੱਲ ਸੁਣ ਸੁਣ ਕੇ ਜਾਂ ਤੇਰੇ ਵਰਗੇ ਦੀ ਗੱਲ ਸੁਣ ਕੇ ਉਹ ਕਿੱਦਾਂ ਫੈਸਲਾ ਦੇ ਸਕਦੇ ਨੇ। ਮੈਂ ਤੁਹਾਨੂੰ ਸਾਰੀ ਸੰਗਤ ਨੂੰ ਇਸ ਗੱਲ ਦੀ ਬੇਨਤੀ ਵੀ ਕਰਦਾ, ਰਿਕੁਐਸਟ ਵੀ ਕਰਦਾ। ਹੋਰ ਤਾਂ ਗੱਲ ਮੰਨੀ ਜਾ ਸਕਦੀ ਹੈ, ਜਦੋਂ ਪੰਜਾਂ ਸਿੰਘ ਸਾਹਿਬਾਨਾਂ ਦਾ ਕੋਈ ਵੀ ਫੈਸਲਾ ਹੁੰਦਾ ਉਹਨੂੰ ਰੱਬੀ ਹੁਕਮ ਸਮਝ ਕੇ ਅਤੇ ਸੀਸ ਨਵਾਇਆ ਕਰੋ। ਅਤੇ ਮੇਰੇ ਕੋਲ ਕੋਈ ਸ਼ਬਦ ਨਹੀਂ, ਸਮਾਂ ਇਹਨਾਂ ਦਾ ਹੁਣ ਲੇਟ ਤਾਂ ਆਏ ਨੇ ਥੋੜ੍ਹੇ ਜਿਹੇ, ਪਰ ਹੁਣ ਛੱਡਣਾ ਹੀ ਇਹਨਾਂ ਆਪਣੀ ਮਰਜ਼ੀ ਨਾਲ ਹੀ ਹੈ। ਲੜਾਈ ਹੱਲੇ ਦੀ ਅਤੇ ਚਾਹ ਥੱਲੇ ਦੀ, ਪਰ ਹੁਣ ਇਹਨਾਂ ਨੇ ਟਾਈਮ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹ ਸੰਗਤ ਨੂੰ ਮੈਂ ਬੇਨਤੀ ਕਰੂੰਗਾ ਸਾਰਿਆਂ ਨੂੰ ਕਿ ਹੁਣ ਜੇ ਤੁਹਾਨੂੰ ਉੱਥੇ ਪਟਨਾ ਸਾਹਿਬ ਜਾਣਾ ਪੈ ਜੇ, ਕੇਸਗੜ੍ਹ ਸਾਹਿਬ ਜਾਣਾ ਪੈ ਜੇ, ਜਾਂ ਆਪਣੇ ਅਨੰਦਪੁਰ ਸਾਹਿਬ ਜਾਣਾ ਪੈ ਜੇ, ਤਾਂ ਆਪਾਂ ਦੇਖ ਲਓ ਵੀ ਆਪਾਂ ਨੂੰ ਕਿੰਨਾ ਸਮਾਂ ਲੱਗਦਾ, ਕਿੰਨਾ ਪ੍ਰੋਗਰਾਮ ਬਣਾਉਣਾ ਪੈਂਦਾ। ਪਰ ਅੱਜ ਤੁਸੀਂ ਕਿੰਨੇ ਭਾਗਾਂ ਵਾਲੇ ਹੋ, ਸਾਰੇ ਤਖਤਾਂ ਦੇ ਜਥੇਦਾਰ ਸਾਹਿਬਾਨਾਂ ਦੇ ਦਰਸ਼ਨ ਆਪ ਜੀ ਇੱਥੇ ਕਰ ਰਹੇ ਹੋ। ਮੈਂ ਆਪ ਜੀ ਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦਾ, ਸਿੰਘ ਸਾਹਿਬ ਜੀ ਮੇਰੇ ਕੋਲ ਕੋਈ ਸ਼ਬਦ ਨਹੀਂ, ਵਾਹਿਗੁਰੂ ਕਿਰਪਾ ਕਰੇ ਤੁਹਾਡੀ ਲੰਬੀ ਲੰਬੀ ਉਮਰ ਹੋਵੇ ਅਤੇ ਤੁਸੀਂ ਚੰਗੇ ਤੋਂ ਚੰਗੇ ਪ੍ਰੋਗਰਾਮ ਸਿੱਖ ਕੌਮ ਨੂੰ ਦਿੰਦੇ ਰਹੋ। ਹੋਈਆਂ ਭੁੱਲਾਂ ਦੀ ਮਾਫ਼ੀ। ਇੱਕ ਵਾਰੀ ਫਿਰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦਾ। ਇਹ ਤੁਹਾਡੀ ਆਪਣੀ ਸਟੇਜ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਮੁਖ ਜਨਮ ਸਕਾਰ ਥਾ ਸਾਧ ਸੰਗਤ ਬਸ ਆਪ ਗਵਾਇਆ ਮਰਨੋ ਬਾਹਰੇ ਪਰ ਉਪਕਾਰੀ ਜਗ ਵਿੱਚ ਆਏ ਪਾਓ ਭਗਤ ਉਪਦੇਸ਼ ਕਰ ਸਾਧ ਸੰਗਤ ਸੱਚਖੰਡ ਵਸਾਏ ਗੁਰਮੁਖ ਪਰ ਉਪਕਾਰੀ ਬਿਰਲਾ ਆਇਆ ਗੁਰਮੁਖ ਜਨਮ ਸਵਾਰ ਜਗਤ ਤਰਾਇਆ ਜਾਗਤ ਜੋਤ ਸ਼ਬਦ ਗੁਰੂ ਜੁਗੋ ਜੁਗ ਅਟਲ ਤਖ਼ਤ ਚਬਰ ਦੇ ਮਾਲਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਚਰਨ ਸ਼ਰਨ ਵਿੱਚ ਜੁੜ ਬੈਠੀ ਸਨਮਾਨਯੋਗ ਸਤ ਸੰਗਤ ਜੀ ਸਨਿਮਰ ਗੁਰਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਬਾਣੀ ਦੇ ਰਸੀਏ ਪਰਉਪਕਾਰੀ ਜੀਵਨ ਮੁਕਤ ਨਿਰਮਲ ਆਤਮਾ ਸੰਤ ਮਹਾਂਪੁਰਸ਼ ਸੰਤ ਬਾਬਾ ਈਸ਼ਰ ਸਿੰਘ ਜੀ ਦੀ ਮਿੱਠੀ ਯਾਦ ਜੋ ਹਰ ਸਾਲ ਬਹੁਤ ਭਾਵਨਾ ਨਾਲ ਬੜੀ ਸ਼ਰਧਾ ਦੇ ਨਾਲ ਅਤਿ ਸਤਿਕਾਰਯੋਗ ਸੰਤ ਮਾਨ ਸਿੰਘ ਜੀ ਸੰਤ ਮੋਹਨ ਸਿੰਘ ਜੀ ਉਹਨਾਂ ਦੇ ਸਹਿਯੋਗੀ ਔਰ ਸਿੱਖ ਸੰਗਤਾਂ ਹਰ ਸਾਲ ਬੜੀ ਭਾਵਨਾ ਦੇ ਨਾਲ ਮਨਾਉਂਦੇ ਨੇ ਜਿਸ ਵਿੱਚ ਬਹੁਤ ਸਾਰੀਆਂ ਨਿਰਮਲ ਆਤਮਾਵਾਂ ਔਰ ਸਤਿਕਾਰਯੋਗ ਸਿੰਘ ਸਾਹਿਬਾਨ ਔਰ ਹੋਰ ਬਹੁਤ ਸਾਰੇ ਵੱਖਰੇ ਵੱਖਰੇ ਸੰਪਰਦਾਵਾਂ ਦੇ ਵਿਦਵਾਨ ਮਹਾਂਪੁਰਸ਼ ਹਰ ਸਾਲ ਦਰਸ਼ਨ ਦਿੰਦੇ ਨੇ ਇਸ ਸਮੇਂ ਵੀ ਜਿੱਥੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਾਹਿਬਾਨ ਔਰ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਸਾਹਿਬਾਨ ਔਰ ਪਟਨਾ ਸਾਹਿਬ ਜੀ ਦੇ ਜਥੇਦਾਰ ਸਾਹਿਬਾਨ ਅਤੇ ਹੋਰ ਵੀ ਬਹੁਤ ਸਾਰੇ ਮਹਾਂਪੁਰਸ਼ ਸਭਾਏਮਾਨ ਨੇ ਸ਼ਰਧਾ ਦੇ ਫੁੱਲ ਭੇਟ ਕਰ ਲਏ ਉਹਨਾਂ ਮਹਾਂਪੁਰਖਾਂ ਨੂੰ ਆਪਾਂ ਸਾਰੇ ਇਕੱਠੇ ਹੋਏ ਹਾਂ ਜਦੋਂ ਡੂੰਘੀ ਝਾਤ ਮਾਰ ਕੇ ਵੇਖਦੇ ਹਾਂ ਪ੍ਰਭੂ ਨੇ ਖੰਡਾਂ ਬ੍ਰਹਿਮੰਡਾਂ ਦੀ ਰਚਨਾ ਰਚੀ ਹੈ ਬੇਅੰਤ ਪਾਣੀ ਦੇ ਸੋਮੇ ਚੱਲ ਰਹੇ ਨੇ ਨਦੀਆਂ ਦੇ ਪ੍ਰਵਾਹ ਚੱਲ ਰਹੇ ਨੇ ਦਰਿਆਵਾਂ ਦੇ ਪ੍ਰਵਾਹ ਚੱਲ ਰਹੇ ਨੇ ਆਕਾਸ਼ ਵਿੱਚੋਂ ਸਮੇਂ ਸਮੇਂ ਜਿਵੇਂ ਅੱਜ ਬੱਦਲ ਦੀ ਵਰਖਾ ਹੋਈ ਹੈ ਸਮੇਂ ਸਮੇਂ ਨਾਲ ਬੱਦਲ ਵਰਖਾ ਕਰਦਾ ਰਹਿੰਦਾ ਜਿਹਦੇ ਨਾਲ ਬਨਸਪਤੀ ਪ੍ਰਫੁੱਲਤ ਹੁੰਦੀ ਹੈ ਫੁੱਲ ਖਿੜਦੇ ਨੇ ਬਿਰਸ਼ਾਂ ਨੂੰ ਫਲ ਲੱਗਦੇ ਨੇ ਲੋਕ ਬਰਸਾਉਂਦੇ ਨੇ ਪਰ ਧਿਆਨ ਨਾਲ ਇਸ ਗੱਲ ਨੂੰ ਵੇਖਣਾ ਸੋਮੇ ਜਿਹੜੇ ਨੇ ਆਪਣੇ ਪਾਣੀ ਆਪਣਾ ਪਾਣੀ ਆਪ ਨਹੀਂ ਪੀਂਦੇ ਨਦੀਆਂ ਦਰਿਆ ਆਪਣਾ ਆਪਣਾ ਪਾਣੀ ਆਪ ਨਹੀਂ ਪੀਂਦੇ ਬੱਦਲ ਵਰਖਾ ਕਰਦਾ ਵਾ ਅੰਮ੍ਰਿਤ ਵਰਗੀਆਂ ਸੁਆਂਤੀ ਬੂੰਦਾਂ ਆਕਾਸ਼ ਵਿੱਚੋਂ ਆਉਂਦੀਆਂ ਨੇ ਪਰ ਬੱਦਲ ਪਾਣੀ ਆਪਣਾ ਆਪ ਨਹੀਂ ਪੀਂਦੇ ਫੁੱਲ ਖਿੜਦੇ ਨੇ ਫੁੱਲ ਜਿਹੜੇ ਨੇ ਆਪਣੀ ਵਾਸ਼ਨਾ ਆਪ ਨਹੀਂ ਲੈਂਦੇ ਫਲ ਲੱਗਦੇ ਨੇ ਬਿਰਸ਼ਾਂ ਨੂੰ ਕਈ ਪ੍ਰਕਾਰਾਂ ਦੇ ਪਰ ਉਹ ਫਲ ਬਿਰਸ਼ ਆਪ ਨਹੀਂ ਖਾਂਦੇ ਲੋਕ ਬਰਸਾਉਂਦੇ ਨੇ ਇਸੇ ਤਰ੍ਹਾਂ ਹੀ ਮਹਾਂਪੁਰਖ ਆਉਂਦੇ ਨੇ ਸੰਸਾਰ ਵਿੱਚ ਕੇਵਲ ਅਤੇ ਕੇਵਲ ਆਉਣ ਦਾ ਪ੍ਰਯੋਜਨ ਕੀ ਹੈ ਸਿਮਰਨ ਸੇਵਾ ਪਰ ਉਪਕਾਰ ਆਪ ਗੁਰੂ ਸ਼ਬਦ ਦੇ ਨਾਲ ਜੁੜਦੇ ਨੇ ਟੁੱਟੀਆਂ ਹੋਈਆਂ ਸੁਰਤਾਂ ਨੂੰ ਗੁਰੂ ਸ਼ਬਦ ਦੇ ਨਾਲ ਜੋੜਦੇ ਨੇ ਜਿਨ੍ਹਾਂ ਮਹਾਂਪੁਰਖਾਂ ਦਾ ਆਪਾਂ ਪਾਵਨ ਦਿਹਾੜਾ ਮਨਾ ਰਹੇ ਨੇ ਸ਼ਰਧਾ ਦੇ ਨਾਲ ਦਾਸ ਨੂੰ ਵੀ ਸਮਾਂ ਮਿਲਦਾ ਰਿਹਾ ਉਹਨਾਂ ਦੇ ਕੀਰਤਨ ਸਰਵਣ ਕਰਨ ਦਾ ਸਤਸੰਗਤ ਕਰਨ ਦਾ ਬਹੁਤ ਸਾਰੀਆਂ ਸੰਗਤਾਂ ਇਕੱਠੀਆਂ ਹੁੰਦੀਆਂ ਸਨ ਜਦੋਂ ਬੜੇ ਭਾਵਨਾ ਦੇ ਨਾਲ ਸ਼ਰਧਾ ਦੇ ਨਾਲ ਪਿਆਰ ਦੇ ਨਾਲ ਉਹ ਕੀਰਤਨ ਕਰਿਆ ਕਰਦੇ ਸਨ ਕੀਰਤਨ ਦੇ ਵਿੱਚ ਰਸ ਸੀ
ਵਿਗਾਸ ਸੀ, ਜਿਹੜੀਆਂ ਆਪ ਰੂਹਾਂ ਪ੍ਰਭੂ ਨਾਲ ਜੁੜਦੀਆਂ ਨੇ, ਕੁਦਰਤੀ ਉਹਨਾਂ ਦੀ ਰਸਨਾ ਦੇ ਵਿੱਚ ਰਸ ਹੁੰਦਾ ਹੈ, ਉਹ ਰਸ ਜਿਹੜਾ ਹੈ ਆਪ ਵੀ ਮਾਣਦੇ ਨੇ ਅਤੇ ਲੋਕ ਵੀ ਉਸ ਰਸ ਨੂੰ ਮਾਣਦੇ ਨੇ। ਉਹ ਸਮੇਂ ਸਮੇਂ ਇਹੀ ਕਿਹਾ ਕਰਦੇ ਸਨ ਬਈ ਨੇਕੀਆਂ ਦੇ ਪੁੰਜ ਬਣੋ, ਚੰਗਿਆਈਆਂ ਦੀ ਖੁਸ਼ਬੂ ਮਨੁੱਖ ਦੇ ਅੰਦਰੋਂ ਆਵੇ, ਜਿਸ ਲਈ ਮਨੁੱਖ ਦਾ ਗੁਣ ਜਿਹੜੇ ਨੇ ਉਹ ਦੈਵੀ ਗੁਣਾਂ ਦਾ ਮਾਲਕ ਹੋ ਜਾਵੇ। ਇੱਕ ਵਿਦਵਾਨ ਦਾ ਕਥਨ ਹੈ ਕਿ ਮਨੁੱਖ ਜਿਹੜਾ ਹੈ, ਚੰਗਾ ਮਨੁੱਖ ਕੌਣ ਹੈ? ਚੰਗਾ ਮਨੁੱਖ ਉਹ ਹੈ ਜਿਹਦੇ ਵਿੱਚ ਦੈਵੀ ਗੁਣਾਂ ਦੀ ਖੁਸ਼ਬੂ ਆਉਂਦੀ ਹੈ। ਚੰਗਾ ਮਨੁੱਖ ਕੌਣ ਹੈ, ਉੱਚਾ ਮਨੁੱਖ ਕੌਣ ਹੈ? ਉਹ ਵਿਦਵਾਨ ਕਹਿੰਦਾ ਵੀ ਕੋਈ ਉੱਚੇ ਅਸਥਾਨ ਦੇ ਉੱਤੇ ਬੈਠ ਜਾਵੇ ਉੱਚਾ ਨਹੀਂ ਬਣਦਾ, ਉੱਚਾ ਇੱਥੇ ਤੂੰ ਉੱਚਾ ਨਹੀਂ, ਉੱਚਾ ਗੁਣ ਕਰ ਹੋਏ, ਗੁਣਾਂ ਦੇ ਨਾਲ ਮਨੁੱਖ ਉੱਚਾ ਹੁੰਦਾ ਵਾ। ਫਿਰ ਉਸਨੇ ਇੱਕ ਦ੍ਰਿਸ਼ਟਾਂਤ ਦਿੱਤਾ ਹੈ। ਕਈ ਵਾਰ ਅਸੀਂ ਵੇਖਦੇ ਹਾਂ ਉੱਚੀਆਂ ਉੱਚੀਆਂ ਅਟਾਰੀਆਂ ਦੇ ਉੱਤੇ ਕਾਗ ਕਾਂ ਬੈਠ ਜਾਂਦੇ ਨੇ, ਕੁਰਖਤ ਬੋਲਦੇ ਨੇ, ਬੱਚੇ ਤੋਂ ਲੈ ਕੇ ਭਾਵੇਂ ਕੋਈ ਜਵਾਨ ਹੋਵੇ, ਕੋਈ ਬੱਚਾ ਹੋਵੇ, ਬਿਰਧ ਹੋਵੇ, ਜਦੋਂ ਉਸਦੀ ਆਵਾਜ਼ ਸੁਣਦਾ ਹੈ ਢੀਮ ਚੁੱਕ ਕੇ ਉਸਨੂੰ ਮਾਰਨ ਦਾ ਯਤਨ ਕਰਦਾ, ਉਡਾਉਣ ਦਾ ਯਤਨ ਕਰਦਾ ਹੈ। ਪਰ ਕਈ ਵਾਰ ਤੁਸੀਂ ਇਹ ਵੀ ਵੇਖਿਆ ਹੋਵੇਗਾ ਕੋਇਲ ਜਿਹੜੀ ਹੈ ਅੰਬ 'ਤੇ ਬੈਠ ਕੇ ਬੋਲਦੀ ਹੈ, ਮਿੱਠੀਆਂ ਮਿੱਠੀਆਂ ਸੁਰਾਂ ਦੀ ਆਵਾਜ਼ ਉਹਦੇ ਨਿਕਲਦੀ ਹੈ, ਪਰ ਉਹ ਸਾਰਿਆਂ ਨੂੰ ਚੰਗਾ ਲੱਗਦੀ ਹੈ, ਚੰਗੀ ਲੱਗਦੀ ਹੈ। ਕਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਾਂ ਉਹ ਨਾ ਭਾਵੈ ਬੋਲਿਆ, ਕੋਇਲ ਭਾਵੈ, ਕੋਇਲ ਜਿਹੜੀ ਹੈ ਮਿੱਠਾ ਬੋਲਦੀ ਹੈ, ਸਭਨਾਂ ਨੂੰ ਚੰਗੀ ਲੱਗਦੀ ਹੈ। ਮਨੁੱਖ ਦੇ ਅੰਦਰ ਦੈਵੀ ਗੁਣ ਹੋਣ, ਇਹ ਜਿਹੜੇ ਯਤਨ ਉਪਰਾਲੇ ਮਹਾਂਪੁਰਖ ਹਰ ਸਾਲ ਜੋੜ ਮੇਲੇ ਮਨਾਉਂਦੇ ਨੇ, ਅਸੀਂ ਇੱਥੋਂ ਨੇਕੀਆਂ ਅਤੇ ਚੰਗਿਆਈਆਂ ਲੈ ਕੇ ਜਾਣੀਆਂ ਨੇ। ਆਪ ਨੇਕ ਬਣਨਾ ਹੈ, ਚੰਗੇ ਇਨਸਾਨ ਬਣਨਾ ਹੈ, ਕੇਵਲ ਆਪ ਹੀ ਨਹੀਂ ਬਣਨਾ, ਆ ਸਮੇਂ ਦੀ ਲੋੜ ਹੈ। ਆਪ ਧਰਮੀ ਬਣੋ, ਬੱਚੇ ਬੱਚਿਆਂ ਨੂੰ ਵੀ ਧਰਮੀ ਬਣਾਓ, ਆਪ ਪਾਵਨ ਗੁਰਬਾਣੀ ਦੇ ਸਿਧਾਂਤਾਂ ਦੇ ਨਾਲ ਜੁੜੋ, ਆਪਣੇ ਬੱਚੇ ਬੱਚਿਆਂ ਨੂੰ ਵੀ ਪ੍ਰੇਰਨਾ ਦੇਵੋ, ਉਹ ਵੀ ਚੰਗੇ ਧਰਮੀ ਬਣਨ ਔਰ ਦੈਵੀ ਗੁਣਾਂ ਦੇ ਮਾਲਕ ਬਣ ਜਾਣ। ਸਾਡੇ ਪਰਿਵਾਰਾਂ ਦੇ ਵਿੱਚ ਸੁੱਖ, ਸਾਡੇ ਪਰਿਵਾਰਾਂ ਵਿੱਚ ਸ਼ਾਂਤੀ, ਸਾਡੇ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਅਤੇ ਖੇੜੇ ਤਾਂ ਹੀ ਪ੍ਰਾਪਤ ਹੋਣਗੇ ਜੇ ਸਾਡੇ ਬੱਚੇ ਨੇਕ ਹੋਣਗੇ। ਇਹ ਗੁਰਮਤਿ ਸਮਾਗਮ ਜਿਹੜਾ ਹੈ, ਇੱਥੋਂ ਅਸੀਂ ਜਿਨ੍ਹਾਂ ਮਹਾਂਪੁਰਖਾਂ ਦੀ ਯਾਦ ਮਨਾਉਂਦੇ ਹਾਂ ਉਹਨਾਂ ਦੇ ਕਹੇ ਹੋਏ ਬਚਨ ਆਪਣੇ ਹਿਰਦਿਆਂ ਵਿੱਚ ਵਸਾ ਕੇ ਜਾਵਾਂਗੇ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਪਰਿਵਰਤਨ, ਕੋਈ ਤਬਦੀਲੀ ਤਾਂ ਆਵੇਗੀ ਜੇ ਅਸੀਂ ਉਹਨਾਂ ਬਚਨਾਂ ਨੂੰ ਮੰਨਾਂਗੇ। ਜਗਤ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਔਰ ਰਾਵੀ ਦੇ ਕਿਨਾਰੇ ਦੇ ਉੱਤੇ ਕਰਤਾਰਪੁਰ ਵਸਾਇਆ। ਉਹ ਕਰਤਾਰਪੁਰ ਵਸਾ ਕੇ ਸਤਿਗੁਰੂ ਜੀ ਨੇ ਦੂਰੋਂ ਦੂਰੋਂ ਸਿੱਖ ਸੰਗਤਾਂ ਆਉਂਦੀਆਂ ਸਨ, ਉੱਥੇ ਦੋ ਲੰਗਰਾਂ ਦੀ ਗੱਲ ਸਤਿਗੁਰੂ ਜੀ ਨੇ ਮਰਯਾਦਾ ਚਲਾਈ। ਇੱਕ ਲੰਗਰ ਪ੍ਰਸ਼ਾਦ ਦਾ, ਸਰੀਰ ਨੂੰ ਰਿਸ਼ਟ ਪੁਸ਼ਟ ਰੱਖਣ ਲਈ ਭੋਜਨ ਚਾਹੀਦਾ ਵਾ, ਆਤਮਾ ਨੂੰ ਬਲਵਾਨ ਕਰਨ ਲਈ ਪ੍ਰਭੂ ਦੀ ਕੀਰਤੀ, ਪ੍ਰਭੂ ਦਾ ਸਿਮਰਨ, ਪ੍ਰਭੂ ਦਾ ਭੋਜਨ ਭਜਨ ਚਾਹੀਦਾ ਵਾ, ਉਹਦੇ ਨਾਲ ਸਾਡੀ ਆਤਮਾ ਬਲਵਾਨ ਹੁੰਦੀ ਹੈ। ਦੂਸਰਾ, ਭੋਜਨ ਖਾ ਕੇ ਮਨੁੱਖ ਦਾ ਸਰੀਰ ਰਿਸ਼ਟ ਪੁਸ਼ਟ ਹੁੰਦਾ ਹੈ। ਸਤਿਗੁਰੂ ਜੀ ਨੇ ਲੰਗਰ ਦੀ ਪਰੰਪਰਾ ਚਲਾਈ ਜੋ ਹੁਣ ਤੱਕ ਹਰ ਗੁਰੂ ਘਰ ਦੇ ਵਿੱਚ ਉਹ ਪਰੰਪਰਾ ਚੱਲ ਰਹੀ ਹੈ। ਪਰ ਅਸੀਂ ਧਿਆਨ ਨਾਲ ਇਹ ਗੱਲ ਵੇਖਣੀ ਹੈ, ਬੜੀ ਸ਼ਰਧਾ ਦੇ ਨਾਲ, ਬੜੀ ਭਾਵਨਾ ਦੇ ਨਾਲ ਸਾਡੀਆਂ ਸਤਿਕਾਰਯੋਗ ਮਾਤਾਵਾਂ, ਭੈਣਾਂ, ਬੀਬੀਆਂ ਲੰਗਰ ਤਿਆਰ ਕਰਦੀਆਂ ਨੇ। ਸ਼ਰਧਾ ਭਾਵਨਾ ਵਾਲੇ ਜਿਹੜੇ ਗੁਰਸਿੱਖ ਨੇ ਉਹ ਲੰਗਰ ਵਰਤਾਉਂਦੇ ਨੇ, ਬੈਠ ਕੇ ਛਕਣ ਵਾਲੇ ਭੋਜਨ ਛਕਦੇ ਨੇ, ਜਿਹੜੇ ਭੋਜਨ ਛਕਦੇ ਨੇ ਉਹਨਾਂ ਨੂੰ ਖਾਧੇ ਹੋਏ ਭੋਜਨ ਦਾ ਆਨੰਦ ਆਉਂਦਾ ਹੈ, ਖੇੜਾ ਆਉਂਦਾ ਹੈ, ਤ੍ਰਿਪਤੀ ਹੁੰਦੀ ਹੈ। ਪਰ ਕਈ ਵਾਰੇ ਅਸੀਂ ਵੇਖਾਂਗੇ, ਮੈਂ ਆਪਣੀ ਮਾਤਾ ਜੀ ਨੂੰ ਪੁੱਛਦਾ ਹਾਂ, ਮਾਤਾ ਜੀ ਭੋਜਨ ਕਿੰਨਾ ਸਵਾਦ ਹੈ, ਬੀਬੀ ਜੀ ਭੋਜਨ ਕਿੰਨਾ ਸਵਾਦਿਸ਼ਟ ਹੈ, ਉਹਦਾ ਜਵਾਬ ਹੋਏਗਾ ਅਸੀਂ ਤਾਂ ਭਾਈ ਸਾਹਿਬ ਘੰਟਾ ਦੋ ਘੰਟੇ ਹੋ ਗਏ ਲੰਗਰ ਬਣਾਉਂਦੀਆਂ ਹਾਂ, ਛਕਿਆ ਨਹੀਂ ਹੈ। ਕਿਸੇ ਸੱਜਣ ਨੂੰ ਪੁੱਛਦੇ ਹਾਂ ਬਈ ਭੋਜਨ ਕਿੰਨਾ, ਵਰਤਾਉਣ ਵਾਲੇ ਜਿਹੜੇ ਨੇ ਵਰਤਾਉਂਦੇ ਨੇ, ਭੋਜਨ ਨੂੰ ਆਪਣੀਆਂ ਅੱਖਾਂ ਨਾਲ ਵੀ ਵੇਖਦੇ ਨੇ, ਹੱਥਾਂ ਨਾਲ ਵਰਤਾਉਂਦੇ ਨੇ, ਬਈ ਭੋਜਨ ਕਿੰਨਾ ਸਵਾਦ ਹੈ, ਉਹਨਾਂ ਦਾ ਜਵਾਬ ਇਹੀ ਹੋਏਗਾ ਦੋ ਘੰਟੇ ਭਾਈ ਸਾਹਿਬ ਹੋ ਗਏ ਲੰਗਰ ਵਰਤਾਉਂਦਿਆਂ ਨੂੰ, ਆਪ ਨਹੀਂ ਛਕਿਆ, ਸਾਨੂੰ ਨਹੀਂ ਪਤਾ ਭੋਜਨ ਕਿੰਨਾ ਸਵਾਦ ਹੈ।
ਸਤਿਗੁਰੂ ਜੀ ਨੇ ਪਾਵਨ ਗੁਰਬਾਣੀ ਦੇ ਵਿੱਚ ਪੇਖਾ ਬਿੰਜਨ ਪ੍ਰੋਸਤਨ ਹਾਰਾ ਹੈ ਜੇ ਭੋਜਨ ਕੀਨੋ ਤੇ ਤ੍ਰਿਪਤਾਰਾ ਵੇਖਣ ਵਾਲੇ ਵਰਤਾਉਣ ਵਾਲੇ ਭੋਜਨ ਬਣਾਉਣ ਵਾਲੇ ਅਤੇ ਵਰਤਾਉਣ ਵਾਲੇ ਸੇਵਾ ਤਾਂ ਕਰਦੇ ਨੇ ਪਰ ਉਹਨਾਂ ਨੇ ਭੋਜਨ ਆਪ ਨਹੀਂ ਛਕਿਆ ਭੋਜਨ ਦਾ ਸਵਾਦ ਭੋਜਨ ਦਾ ਆਨੰਦ ਉਹਨਾਂ ਨੂੰ ਨਹੀਂ ਆਇਆ ਪਰ ਜਿਹੜੇ ਪੰਗਤ 'ਚ ਬੈਠ ਕੇ ਭੋਜਨ ਛਕਦੇ ਨੇ ਉਹਨਾਂ ਨੂੰ ਪੁੱਛੋ ਕਿਤਨਾ ਸਵਾਦ ਹੈ ਸਵਾਦਿਸ਼ਟ ਹੈ ਭੋਜਨ ਉਹ ਕਹਿਣਗੇ ਇਹੋ ਜਿਹਾ ਭੋਜਨ ਅਸੀਂ ਘਰੇ ਭਾਵਾਂ ਬੜੇ ਵਧੀਆ ਭੋਜਨ ਬਣਾਉਂਦੇ ਹਾਂ ਪਰ ਜਿੰਨਾ ਸਵਾਦਿਸ਼ਟ ਇਸ ਗੁਰੂ ਦੇ ਲੰਗਰ ਦਾ ਸਵਾਦ ਹੈ ਇੰਨਾ ਕਦੇ ਸਾਨੂੰ ਆਨੰਦ ਸਵਾਦ ਨਹੀਂ ਆਇਆ ਇਸੇ ਤਰ੍ਹਾਂ ਹੀ ਗੁਰੂ ਦੇ ਕਹੇ ਹੋਏ ਬਚਨ ਪਹਿਲਾਂ ਅਸੀਂ ਸੁਣਦੇ ਹਾਂ ਔਰ ਫਿਰ ਉਹਨਾਂ ਨੂੰ ਮੰਨਣਾ ਹੈ ਸਤਿਗੁਰੂ ਜੀ ਨੇ ਪਾਵਨ ਗੁਰਬਾਣੀ ਦੇ ਵਿੱਚ ਜਪ ਬਾਣੀ ਦੇ ਅੰਦਰ ਚਾਰ ਪੌੜੀਆਂ ਸਰਵਣ ਦੀਆਂ ਚਾਰ ਮੰਨਣ ਦੀਆਂ ਜਿਹੜੇ ਸ਼ਰਧਾ ਭਾਵਨਾ ਨਾਲ ਗੁਰਸਿੱਖ ਪਾਵਨ ਬਾਣੀ ਦਾ ਪਾਠ ਪਾਵਨ ਬਾਣੀ ਦੇ ਸਿਧਾਂਤ ਆਪਣੇ ਕੰਨਾਂ ਨਾਲ ਸੁਣਦੇ ਨੇ ਉਹਨਾਂ ਨੂੰ ਕੀ ਪ੍ਰਾਪਤੀਆਂ ਹੁੰਦੀਆਂ ਨੇ ਫਿਰ ਚਾਰ ਪੌੜੀਆਂ ਉਹ ਜਿਹੜੇ ਮੰਨਦੇ ਨੇ ਉਹਨਾਂ ਨੂੰ ਕੀ ਪ੍ਰਾਪਤੀ ਹੁੰਦੀ ਹੈ ਤੀਸਰੀ ਗੱਲ ਹੈ ਅਮਲ ਦੀ ਜਿਹੜੇ ਅਮਲ ਕਰਦੇ ਨੇ ਉਹਨਾਂ ਦੇ ਜ਼ਿੰਦਗੀ ਦੇ ਵਿੱਚ ਕੋਈ ਪਰਿਵਰਤਨ ਆਏਗਾ ਤਬਦੀਲੀ ਆਏਗੀ ਪਰ ਜੇ ਅਸੀਂ ਕਹੇ ਹੋਏ ਬਚਨਾਂ ਨੂੰ ਮੰਨਣਾ ਨਹੀਂ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਤਬਦੀਲੀ ਕੋਈ ਪਰਿਵਰਤਨ ਨਹੀਂ ਆਏਗਾ ਇਹ ਅੱਜ ਦਾ ਜਿਹੜਾ ਸਮਾਗਮ ਹੈ ਗੁਰਮਤਿ ਸਮਾਗਮ ਹੋ ਰਿਹਾ ਹੈ ਸਤਿਗੁਰ ਬਚਨ ਕਮਾਵਣੇ ਸੱਚਾ ਇਹੋ ਵਿਚਾਰ ਇਹ ਸਦੀਵੀ ਰਹਿਣ ਵਾਲਾ ਗਿਆਨ ਹੈ ਸਤਿਗੁਰੂ ਜੀ ਦਾ ਉਪਦੇਸ਼ ਹੈ ਉਹ ਮਹਾਂਪੁਰਖ ਵਾਰ ਵਾਰ ਇਹੀ ਕਿਹਾ ਕਰਦੇ ਸਨ ਕਿ ਸਤਿਗੁਰੂ ਜੀ ਨੇ ਜਿੱਥੇ ਪੰਥ ਦੀ ਸਿਰਜਣਾ ਕੀਤੀ ਹੈ ਖਾਲਸਾ ਸਾਜਿਆ ਹੈ ਦੈਵੀ ਗੁਣਾਂ ਦਾ ਮਾਲਕ ਬਣਾਇਆ ਹੈ ਉੱਥੇ ਹਰ ਮਨੁੱਖ ਜਿਹੜਾ ਇਨਸਾਨ ਹੈ ਉਹ ਇਨਸਾਨ ਨੇਕੀਆਂ ਦਾ ਪੁੰਜ ਔਰ ਚੰਗਿਆਈਆਂ ਦੀ ਖੁਸ਼ਬੂ ਉਹਦੇ ਵਿੱਚੋਂ ਆਵੇ ਇਨਸਾਨ ਬਣ ਜਾਵੇ ਤਾਂ ਉਹਦਾ ਆਇਆ ਸੰਸਾਰ ਵਿੱਚ ਉਹ ਸਫਲਾ ਹੋ ਜਾਏਗਾ ਅੱਜ ਅਸੀਂ ਉਹਨਾਂ ਮਹਾਂਪੁਰਖਾਂ ਦੀ ਮਿੱਠੀ ਯਾਦ ਮਨਾ ਰਹੇ ਹਾਂ ਹਰ ਸਾਲ ਮਨਾਉਂਦੇ ਹਾਂ ਆਪਣੇ ਆਪਣੇ ਪਰਿਵਾਰਾਂ ਵਿੱਚ ਹੱਥ ਮਾਰ ਕੇ ਵੇਖਣਾ ਕਿ ਅਸੀਂ ਇਸ ਸਾਲ ਵਿੱਚ ਕੀ ਜ਼ਿੰਦਗੀ ਵਿੱਚ ਸਾਡੇ ਪਰਿਵਰਤਨ ਆਇਆ ਸੱਚ ਦੇ ਧਾਰਨੀ ਬਣੇ ਹਾਂ ਖੰਡੇ ਵਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੇ ਹਾਂ ਕੇਵਲ ਆਪ ਹੀ ਨਹੀਂ ਆਪਣੇ ਬੱਚਿਆਂ ਨੂੰ ਆਪਣੀਆਂ ਬੱਚਿਆਂ ਨੂੰ ਵੀ ਪ੍ਰੇਰਨਾ ਦੇਣੀ ਹੈ ਜਿਸ ਕਰਕੇ ਅਸੀਂ ਗੁਰੂ ਦੇ ਖਾਲਸੇ ਬਣਾਂਗੇ ਗੁਰੂ ਵਾਲੇ ਬਣਾਂਗੇ ਔਰ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ ਸਾਨੂੰ ਸਾਡੇ ਘਰਾਂ ਵਿੱਚ ਖੇੜੇ ਅਤੇ ਖੁਸ਼ੀਆਂ ਪ੍ਰਾਪਤ ਹੋਣਗੀਆਂ ਆਪ ਸਭ ਕੁਝ ਜਾਣਦੇ ਹੋ ਕੋਈ ਐਸੀ ਗੱਲ ਨਹੀਂ ਹੈ ਅੱਜ ਨੌਜਵਾਨ ਬੱਚੇ ਜਿਹੜੇ ਨੇ ਔਰ ਜਿੱਥੇ ਨਸ਼ਿਆਂ 'ਚ ਪ੍ਰਵਿਰਤ ਹੋ ਰਹੇ ਨੇ ਔਰ ਬੱਚੇ ਪਤਿਤ ਹੋ ਰਹੇ ਨੇ ਬੜੀ ਚਿੰਤਾ ਜਿਹੜੀ ਹੈ ਚਿੰਤਾਤਰ ਨੇ ਜਿਹੜੇ ਚਿੰਤਕ ਨੇ ਉਹਨਾਂ ਨੂੰ ਬੜੀ ਇਸ ਗੱਲ ਦੀ ਚਿੰਤਾ ਹੈ ਆਹ ਜਿਹੜੀ ਪਿੱਛੇ ਰਿਪੋਰਟ ਵੀ ਆਈ ਹੈ ਤੁਹਾਨੂੰ ਪਤਾ ਪੜ੍ਹਿਆ ਲਿਖਿਆ ਸੱਜਣਾਂ ਨੂੰ ਸਾਰਿਆਂ ਨੂੰ ਕਿ ਜਿੱਥੇ ਗਿਣਤੀ ਦਿਨ ਬ ਦਿਨ ਘੱਟਦੀ ਜਾ ਰਹੀ ਹੈ ਉਹਨੂੰ ਵਧਾਉਣ ਦੇ ਉਪਰਾਲੇ ਅਸੀਂ ਕਰਨੇ ਹਾਂ ਸੱਚੇ ਦਿਲੋਂ ਸਮਰਪਿਤ ਹੋ ਕੇ ਗੁਰੂ ਨੂੰ ਜਿਨ੍ਹਾਂ ਮਹਾਂਪੁਰਖਾਂ ਦੀਆਂ ਯਾਦਾਂ ਮਨਾ ਰਹੇ ਨੇ ਉਹਨਾਂ ਨੇ ਬਚਨ ਗੁਰੂ ਦੇ ਹੀ ਆਖੇ ਨੇ ਗੁਰੂ ਦੇ ਬਚਨ ਆਪਾਂ ਕਮਾਉਣੇ ਹਾਂ ਔਰ ਕਮਾਵਾਂਗੇ ਕੌਣ ਹੈ ਮਨੁੱਖ ਜਿਹੜਾ ਸੁੱਖ ਨਹੀਂ ਚਾਹੁੰਦਾ ਭਾਵੇਂ ਅਮੀਰ ਹੈ ਭਾਵੇਂ ਗਰੀਬ ਹੈ ਉਹਦੀ ਮੁੱਖ ਚਾਹਤ ਇਹੀ ਹੈ ਸੁੱਖ ਕਹੋ ਮੰਗੈ ਸਭ ਕਹੋ ਦੁੱਖ ਨਾ ਮੰਗੈ ਕੋਈ ਭਾਵੇਂ ਕੋਈ ਅਮੀਰ ਹੈ ਭਾਵੇਂ ਕੋਈ ਗਰੀਬ ਹੈ ਭਾਵੇਂ ਕੋਈ ਆਸਤਕ ਹੈ ਭਾਵੇਂ ਕੋਈ ਨਾਸਤਕ ਹੈ ਉਹਦੀ ਮੁੱਖ ਮੰਗ ਇਹ ਹੈ ਮੈਨੂੰ ਸੁੱਖ ਪ੍ਰਾਪਤ ਹੋਵੇ ਜੇ ਤੁਸੀਂ ਸੁੱਖ ਚਾਹੁੰਦੇ ਹੋ ਜੇ ਤੁਸੀਂ ਆਨੰਦ ਚਾਹੁੰਦੇ ਹੋ ਜੇ ਤੁਸੀਂ ਸੱਚੇ ਦਿਲੋਂ ਆਪਣੇ ਖੇੜੇ ਚਾਹੁੰਦੇ ਹੋ ਤਾਂ ਗੁਰੂ ਦੇ ਬਚਨ ਜਿਹੜੇ ਨੇ ਉਹਨਾਂ ਨੂੰ ਆਪਣੇ ਹਿਰਦੇ 'ਚ ਵਸਾਓ ਪਾਵਨ ਬਾਣੀ ਦੇ ਸਿਧਾਂਤ ਜਿਹੜੇ ਨੇ ਨਸ਼ਿਆਂ ਤੋਂ ਬੱਚਿਆਂ ਨੂੰ ਔਰ ਬੱਚਿਆਂ ਨੂੰ ਪਤਪੁਣਾ ਜਿਹੜਾ ਵੱਧ ਰਿਹਾ ਉਸ ਤੋਂ ਗੁਰੂ ਨੂੰ ਸਮਰਪਿਤ ਹੋ ਕੇ ਸੱਚੇ ਦਿਲੋਂ ਜੇ ਤੁਸੀਂ ਇਹ ਗੱਲ ਸੇਵਾ ਕਰੋਗੇ ਤਾਂ ਆਉਣ ਵਾਲਾ ਭਵਿੱਖ ਤੁਹਾਡਾ ਹਰ ਪਰਿਵਾਰ ਦਾ ਉਜਲਾ ਹੋਵੇਗਾ ਅਸੀਂ ਇਹ ਮਨਾਏ ਹੋਏ ਮਹਾਂਪੁਰਖਾਂ ਦੇ ਜੋੜ ਮੇਲੇ ਸਾਡੇ ਸਦੀਵੀ ਸਫਲ ਹੋਣਗੇ ਔਰ ਸਾਨੂੰ ਖੁਸ਼ੀਆਂ ਅਤੇ ਆਨੰਦ ਸਤਿਗੁਰੂ ਜੀ ਦੀ ਬਖਸ਼ਿਸ਼ ਹੋਵੇਗੀ ਅੰਤ ਵਿੱਚ ਮੈਂ ਮਹਾਂਪੁਰਖਾਂ ਦਾ ਆਏ ਹੋਏ ਸਾਰੇ ਸਿੰਘ ਸਾਹਿਬਾਨਾਂ ਦਾ ਸਿੱਖ ਸੰਗਤਾਂ ਦਾ ਧੰਨਵਾਦ ਕਰਦਾ ਹਾਂ ਕਿਉਂ ਧੰਨਵਾਦ ਕਰਦਾ ਹਾਂ ਕਿ ਇਹ ਜਦੋਂ ਇਸ ਤਰ੍ਹਾਂ ਦੇ ਜੋੜ ਮੇਲੇ ਹੁੰਦੇ ਨੇ ਉਹਨਾਂ ਵਿੱਚ ਆ ਕੇ ਚੰਗੀਆਂ ਚੰਗੀਆਂ ਨਿਰਮਲ ਆਤਮਾ ਗੁਰਮੁਖਾਂ ਗੁਰੂ ਦੇ ਭਰੋਸਾ ਆਏ ਹੋਏ ਮਹਾਂਪੁਰਖ ਉਹਨਾਂ ਦੇ ਸਾਨੂੰ ਦਰਸ਼ਨ ਹੋ ਜਾਂਦੇ ਨੇ ਜੇ ਅਸੀਂ ਇਹਨਾਂ ਦੇ ਸਾਰੇ ਸਿੰਘ ਸਾਹਿਬਾਨਾਂ ਦੇ ਔਰ ਜਿਤਨੇ ਬਹੁਤ ਸਾਰੀਆਂ ਨਿਰਮਲ ਆਤਮਾ ਇੱਥੇ ਸਵਾਇਮਾਨ ਨੇ ਸਾਧ ਸੰਗਤ ਜੀ ਉਹਨਾਂ ਦੇ ਦਰਸ਼ਨ ਕਰਨ ਲਈ ਅਸੀਂ ਚਾਹੀਏ ਤਾਂ ਮੇਰਾ ਖਿਆਲ ਆ ਵੀ ਬਹੁਤ ਮੁਸ਼ਕਲ ਆਵੇਗੀ ਅਸੀਂ ਨਹੀਂ ਕਰ ਸਕਦੇ
ਇੱਥੇ ਸਾਰੀਆਂ ਐਸੀਆਂ ਨਿਰਮਲ ਰੂਹਾਂ ਦੇ ਦਰਸ਼ਨ ਹੁੰਦੇ ਨੇ ਜਿੱਥੇ ਜਾਗਤ ਜੋਤ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦੀਦਾਰ ਹੁੰਦੇ ਨੇ, ਉੱਥੇ ਗੁਰੂ ਮਹਾਰਾਜ ਦੇ ਨਵਾਜਿਆਂ ਹੋਇਆਂ ਬਖਸ਼ੀਆਂ ਹੋਈਆਂ ਰੂਹਾਂ ਨਿਰਮਲ ਆਤਮਾ ਦੇ ਵੀ ਦਰਸ਼ਨ ਹੁੰਦੇ ਨੇ, ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਸਾਨੂੰ ਅਨੇਕ ਪ੍ਰਕਾਰ ਦੇ ਸੁੱਖ ਅਤੇ ਆਨੰਦ ਖੇੜੇ ਮਿਲਦੇ ਨੇ। ਸਮੂਹ ਸਿੱਖ ਸੰਗਤਾਂ ਦਾ, ਮਹਾਂਪੁਰਸ਼ਾਂ ਦਾ, ਸਿੰਘ ਸਾਹਿਬਾਨਾਂ ਦਾ ਧੰਨਵਾਦ ਕਰਦਾ ਹੋਇਆ ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕੀ ਫਤਿਹ। ਇਹ ਸਨ ਸਾਡੇ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਵਿਦੰਤੀ, ਜਿਨ੍ਹਾਂ ਨੇ ਬੜੇ ਪਿਆਰ ਸਤਿਕਾਰ ਸ਼ਰਧਾ ਦੇ ਨਾਲ ਮਹਾਂਪੁਰਖਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ, ਤਹਿ ਦਿਲੋਂ ਧੰਨਵਾਦੀ ਹਾਂ। ਹੁਣ ਸਾਡੇ ਸਤਿਕਾਰਯੋਗ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਕਪਾਲ ਸਿੰਘ ਜੀ ਮਹਾਂਪੁਰਖਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ। ਆਓ ਸਰਵਣ ਕਰਦੇ ਹਾਂ ਬੜੇ ਪਿਆਰ ਸਤਿਕਾਰ ਸ਼ਰਧਾ ਦੇ ਨਾਲ। ਹਰ ਕੇ ਸੇਵਕ ਜੋ ਹਰ ਪਾਏ ਤਿਨ ਕੀ ਕਥਾ ਨਿਰਾਰੀ ਰੇ। ਹਰ ਕੇ ਸੇਵਕ ਜੋ ਹਰ ਪਾਏ ਤਿਨ ਕੀ ਕਥਾ ਨਿਰਾਰੀ ਰੇ। ਹਰ ਕੇ ਸੇਵਕ ਤਿਨਕੀ ਕਥਾ ਨਿਰਾਰੀ ਰੇ, ਤਿਨਕੀ ਕਥਾ ਨਿਰਾਰੀ ਰੇ, ਤਿਨਕੀ ਕਥਾ ਨਿਰਾਰੀ ਰੇ, ਤਿਨਕੀ ਕਥਾ ਨਿਰਾਰੀ ਰੇ। ਹਰ ਕੇ ਸੇਵਕ ਜੋ ਹਰ ਪਾਏ ਤਿਨਕੀ ਕਥਾ ਨਿਰਾਰੀ ਰੇ। ਹਰ ਕੇ ਸੇਵਕ ਜੋ ਹਰ ਪਾਏ ਤਿਨਕੀ ਕਥਾ ਨਿਰਾਰੀ ਰੇ। ਹਰ ਕੇ ਸੇਵਕ ਜੋ ਹਰ ਪਾਏ ਤਿਨਕੀ ਕਥਾ ਨਿਰਾਰੀ ਰੇ। ਹਰ ਕੇ ਸੇਵਕ ਜੋ ਹਰ ਪਾਏ ਤਿਨਕੀ ਕਥਾ ਨਿਰਾਰੀ ਰੇ। ਆਵਹਿ ਨਾ ਜਾਹੇ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਗਾਰੀ ਰੇ। ਆਵਹਿ ਨਾ ਜਾਹੇ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਗਾਰੀ ਰੇ। ਆਵਹਿ ਨਾ ਜਾਹੇ ਕਬਹੂ ਮਰਤੇ ਪਾਰ ਬ੍ਰਹਮ ਸੰਗਾਰੀ ਰੇ। ਆਵਹਿ ਨਾ ਜਾਵੇ ਮਰਤੇ ਪਾਰ ਬ੍ਰਹਮ ਸੰਗਾਰੀ ਰੇ। ਦਸਾਂ ਪਾਤਸ਼ਾਹੀਆਂ ਦੀ ਆਤਮਕ ਜਾਗਦੀ ਜੋਤ, ਗਿਆਨ ਸਰੂਪ ਸ਼ਬਦਾਵਤਾਰ, ਪ੍ਰਗਟ ਗੁਰਾਂ ਕੀ ਦੇਹ ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿਖੇ ਬ੍ਰਹਿਮ ਗਿਆਨੀ ਤਤ ਬੇਤੇ ਨਾਮ ਰਸੀਏ ਮਹਾਨ ਪਰਉਪਕਾਰੀ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ, ਉਹਨਾਂ ਦੀ ਪਾਵਨ 40ਵੀਂ ਸਾਲਾਨਾ ਯਾਦਗਾਰ, ਜਿਨ੍ਹਾਂ ਉਹਨਾਂ ਮਹਾਂਪੁਰਖਾਂ ਦੀ ਸੰਗਤ ਕੀਤੀ, ਉਹਨਾਂ ਦੇ ਪਿਆਰ ਦਾ ਨਿੱਘ ਮਾਣਿਆ, ਉਹਨਾਂ ਦੀਆਂ ਅਸੀਸਾਂ ਬਖਸ਼ਾਂ ਪ੍ਰਾਪਤ ਕੀਤੀਆਂ, ਸਾਡੇ ਮਹਾਂਪੁਰਖ ਸੰਤ ਬਾਬਾ ਮਾਨ ਸਿੰਘ ਜੀ ਪਹੇਵੇ ਵਾਲੇ, ਉਹਨਾਂ ਵੱਲੋਂ ਇਹ ਸਾਲਾਨਾ ਮਹਾਂਪੁਰਖਾਂ ਦੀ ਯਾਦ ਵਿੱਚ ਬਹੁਤ ਵੱਡਾ ਗੁਰਮਤਿ ਸਮਾਗਮ ਆਪਾਂ ਮਨਾਉਂਦੇ ਹਾਂ। ਹਿੰਦੁਸਤਾਨ ਹੀ ਨਹੀਂ, ਵਿਦੇਸ਼ਾਂ ਤੋਂ ਵੀ ਸੰਗਤਾਂ ਆ ਕੇ ਸ਼ਮੂਲੀਅਤ ਕਰਦੀਆਂ ਹਨ, ਕਿਉਂਕਿ ਮਹਾਂਪੁਰਖਾਂ ਨੇ
ਹਿੰਦੁਸਤਾਨ ਹੀ ਅੰਦਰ ਤਾਂ ਜਿੱਥੇ ਵੀ ਕੋਈ ਐਸਾ ਸਮਾਂ ਬਣਿਆ, ਕੁਦਰਤੀ ਕੋਈ ਆਫਤ ਆਈ, ਉੱਥੇ ਵੱਧ ਤੋਂ ਵੱਧ ਸਭ ਤੋਂ ਪਹਿਲਾਂ ਪਹੁੰਚ ਕੇ ਸੇਵਾ ਨਿਭਾਈ। ਵਿਦੇਸ਼ਾਂ ਦੇ ਵਿੱਚ ਵੀ ਨਾਮ ਬਾਣੀ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਕਈ ਐਸੇ ਕਾਰਨ ਹੋਏ ਜਿਸ ਕਰਕੇ ਮਹਾਂਪੁਰਖਾਂ ਨੇ ਆਪਣੇ ਅਸਥਾਨ ਵਿਦੇਸ਼ਾਂ ਵਿੱਚ ਕਾਇਮ ਕੀਤੇ, ਕੇਂਦਰ ਕਾਇਮ ਕੀਤੇ ਸਿੱਖੀ ਦੇ ਪ੍ਰਚਾਰ ਵਾਸਤੇ। ਐਸੇ ਬਹੁਤ ਹੀ ਪਰਉਪਕਾਰੀ ਨਿਰਮਲ ਆਤਮਾ ਮਹਾਂਪੁਰਖ ਸੰਤ ਬਾਬਾ ਮਾਨ ਸਿੰਘ ਜੀ ਪਹੇਵੇ ਵਾਲੇ, ਉਹਨਾਂ ਦੇ ਪਿਆਰ ਦਾ ਸਦਕਾ ਜਿੱਥੇ ਸਟੇਜ 'ਤੇ ਬਹੁਤ ਸਾਰੇ ਮਹਾਂਪੁਰਖ, ਸਾਰੀਆਂ ਸੰਪਰਦਾਵਾਂ ਦੇ ਮਹਾਂਪੁਰਖ ਹਾਜ਼ਰੀਆਂ ਭਰਦੇ ਹਨ, ਉੱਥੇ ਅਤੀ ਸਤਿਕਾਰਯੋਗ ਸਿੱਖ ਕੌਮ ਖਾਲਸਾ ਪੰਥ ਦੀ ਮਹਾਨ ਸ਼ਖਸੀਅਤ, ਅਤੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਅਤੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜੀ, ਜਥੇਦਾਰ ਤਖਤ ਸ੍ਰੀ ਕੇਸਗੜ੍ਹ ਅਨੰਦਪੁਰ ਸਾਹਿਬ। ਅਤੇ ਹੁਣੇ ਆਪ ਜੀ ਨੇ ਦਾਸ ਤੋਂ ਪਹਿਲਾਂ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਵਿਦਾਂਤੀ, ਉਹਨਾਂ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕੀਤੀਆਂ ਹਨ। ਬਹੁਤ ਸਾਰੇ ਮਹਾਂਪੁਰਖ, ਬਹੁਤ ਹੀ ਸਤਿਕਾਰਯੋਗ, ਜੋ ਮਹਾਂਪੁਰਖਾਂ ਦੇ ਪਿਆਰ ਵਿੱਚ ਅਤੇ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਦੇ ਪਿਆਰ ਦੇ ਵਿੱਚ, ਐਸੀ ਉਹਨਾਂ ਦੀ ਬੰਦਗੀ, ਐਸੀ ਉਹਨਾਂ ਦੀ ਕਮਾਈ, ਐਸੀ ਉਹਨਾਂ ਨੇ ਨਾਮ ਬਾਣੀ ਦੇ ਪ੍ਰਚਾਰ ਦੀ ਲਹਿਰ ਚਲਾਈ ਕਿ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਉਹ ਮਹਾਂਪੁਰਖਾਂ ਦੇ ਦਰਸਾਏ ਹੋਏ ਸੇਵਾ ਸਿਮਰਨ ਦੇ ਮਾਰਗ 'ਤੇ ਜਿੱਥੇ ਚੱਲ ਰਹੇ ਹਨ, ਨਾਮ ਗੁਰਬਾਣੀ ਦੇ ਪ੍ਰਚਾਰ ਦੀ ਬਹੁਤ ਵੱਡੀ ਸੇਵਾ ਨਿਭਾ ਰਹੇ ਹਨ, ਉਹਨਾਂ ਦੇ ਪਿਆਰ ਵਿੱਚ ਜੁੜ ਬੈਠੇ ਸਟੇਜ 'ਤੇ ਸਾਰੇ ਹੀ ਸਤਿਕਾਰਯੋਗ ਗੁਰਸਿੱਖ ਮਹਾਂਪੁਰਖ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰਿਆਂ ਨੇ ਬੜੇ ਪਿਆਰ ਦੇ ਵਿੱਚ ਗੁਰਬਾਣੀ ਦੀਆਂ ਪੰਕਤੀਆਂ ਪੜ੍ਹੀਆਂ ਹਨ। ਵਾਹਿਗੁਰੂ ਦੇ ਸੇਵਕ ਜੋ ਵਾਹਿਗੁਰੂ ਨੂੰ ਪਾ ਗਏ, ਉਹਨਾਂ ਦੀ ਕਥਾ ਨਿਰਾਲੀ ਹੈ। ਨਾ ਉਹ ਜਨਮ ਧਾਰ ਕੇ ਆਉਂਦੇ ਹਨ ਅਤੇ ਨਾ ਉਹ ਮਰ ਕੇ ਕਿਤੇ ਜਾਂਦੇ ਹਨ। ਉਹ ਹਮੇਸ਼ਾ ਪਰਮਾਤਮਾ ਦੇ ਨਾਲ ਹਨ, ਪਰਮਾਤਮਾ ਉਹਨਾਂ ਦੇ ਨਾਲ ਹੈ। ਗੁਰਮੁਖ ਮਰਨ ਜੀਵਨ ਪ੍ਰਭ ਨਾਲ। ਜਿਸ ਤਰ੍ਹਾਂ ਆਕਾਸ਼ ਵਿੱਚ ਬੱਦਲ ਪ੍ਰਗਟ ਹੁੰਦੇ ਹਨ, ਸੰਸਾਰ ਅੰਦਰ ਠੰਡ ਵਰਤਾ ਕੇ ਹਰਿਆਵਲਤਾ ਬਨਸਪਤੀ ਨੂੰ ਹਰਿਆ ਭਰਿਆ ਕਰਕੇ, ਮੀਂਹੋਂ ਪਿਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ, ਫਿਰ ਆਕਾਸ਼ ਵਿੱਚ ਹੀ ਲੀਨ ਹੋ ਜਾਂਦੇ ਹਨ। ਇਸੇ ਤਰ੍ਹਾਂ ਹੀ ਮਹਾਂਪੁਰਖ ਨਾ ਤਾਂ ਜਨਮ ਧਾਰ ਕੇ ਆਉਂਦੇ ਹਨ ਅਤੇ ਨਾ ਉਹ ਮਰ ਕੇ ਕਿਤੇ ਜਾਂਦੇ ਹਨ। ਜਾਂ ਆਏ ਤਾਂ ਤਿਨਹ ਪਠਾਏ, ਚਾਲੇ ਤਿਨਹ ਬੁਲਾਏ ਲਿਆ। ਉਹ ਵਾਹਿਗੁਰੂ ਦੇ ਵਿੱਚ ਇੱਕ ਮਿੱਕ ਅਭੇਦ ਹੁੰਦੇ ਹਨ। ਆਪ ਜੀ ਨੇ ਕਈ ਵਾਰ
ਕਈ ਗੁਰਸਿੱਖੇ ਪ੍ਰਸ਼ਨ ਕਰਦੇ ਹਨ ਕਿ ਸੰਤ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਸੰਤ ਬਾਬਾ ਈਸ਼ਰ ਸਿੰਘ ਜੀ ਉਹਨਾਂ ਦੇ ਨਾਮ ਦੇ ਅੱਗੇ ਕਈ ਵਾਰ ਕਈ ਥਾਵਾਂ 'ਤੇ ਦਾਸ ਨੇ ਪੜ੍ਹਿਆ ਹੈ ਅਤੇ ਕਈਆਂ ਨੇ ਦਾਸ ਨੂੰ ਪੁੱਛਿਆ ਵੀ ਹੈ ਵੀ ਇਹਦਾ ਮਤਲਬ ਕੀ ਹੈ ਵੀ 111 ਇਹ ਮਹਾਂਪੁਰਖਾਂ ਦੇ ਨਾਮ ਅੱਗੇ ਇਹ ਗਿਣਤੀ ਕਿਉਂ ਲਿਖੀ ਗਈ? ਹੁਣ ਇੱਕ ਦਾ ਅਰਥ ਆਪਾਂ ਨੂੰ ਪਤਾ ਹੈ, ਇੱਕ ਪਰਮਾਤਮਾ ਅਦੁੱਤੀ ਹੈ, ਅਦਵੈਤ ਸਰੂਪ ਹੈ, ਅਖੰਡ ਹੈ, ਦੇਸ਼ ਕਾਲ ਵਸਤੂ ਪ੍ਰਛੇਦ ਹੈ, ਰਹਿਤ ਹੈ, ਐਸਾ ਉਹ ਪਰਮਾਤਮਾ ਹੈ। ਉਸ ਇੱਕ ਪਰਮਾਤਮਾ ਦੇ ਹੁਕਮ ਅਨੁਸਾਰ ਜੋ ਮਾਤ ਲੋਕ ਅੰਦਰ ਆਏ, ਇੱਕ ਦੇ ਨਾਲ ਜੁੜੇ ਰਹੇ, ਇੱਕ ਦੇ ਨਾਲ ਹੀ ਸੰਸਾਰ ਨੂੰ ਜੋੜਦੇ ਰਹੇ ਅਤੇ ਤੀਸਰਾ ਏਕਾਇਕ ਦੇ ਵਿੱਚ ਹੀ ਅਭੇਦ ਹੋ ਗਏ। ਗੁਰਬਾਣੀ ਦੀਆਂ ਪੰਕਤੀਆਂ, ਜਨਮ ਮਰਨ ਦੋਹੋਂ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਉਂ ਲੈਨ ਮਿਲਾਏ। ਉਹ ਸੰਸਾਰ ਦੇ ਲੋਕਾਂ ਨੂੰ ਜੀਵਨ ਦਾਨ ਦਿੰਦੇ ਹਨ। ਜੀਵਨ ਦਾਨ ਕੀ ਹੈ? ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਸਾਕਤ ਮਰਹਿ ਸੰਤ ਸਭ ਜੀਵਹਿ। ਜੀਵਨ ਤਾਂ ਹੈ ਹੀ ਸੰਤ ਦੇ ਕੋਲ, ਅਤੇ ਸੰਤ ਉਹ ਹੈ ਜਿਹਦੇ ਅੰਦਰੋਂ ਸੰਸਿਆਂ ਦਾ ਅੰਤ ਹੋ ਗਿਆ, ਜੋ ਅੰਦਰੋਂ ਸ਼ਾਂਤ, ਅੰਦਰੋਂ ਪੂਰਨ ਟਕਾ ਦੇ ਵਿੱਚ ਹੈ। ਅਤੇ ਕਲਗੀਧਰ ਪਾਤਸ਼ਾਹ ਨੇ ਜਿੱਥੇ ਅੰਦਰੋਂ ਪੂਰਾ ਟਕਾ, ਸ਼ਾਂਤੀ, ਸੰਤ ਦੀ ਨਿਜ ਅਵਸਥਾ, ਤੁਰੀਆ ਅਵਸਥਾ ਦੀ ਬਖਸ਼ਿਸ਼ ਕੀਤੀ ਹੈ, ਉੱਥੇ ਸਤਿਗੁਰੂ ਜੀ ਨੇ ਨਾਲ ਸਿਪਾਹੀ ਵੀ ਬਣਾਇਆ ਹੈ। ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਤਿਆਰ ਬਰ ਤਿਆਰ ਹੋ ਕੇ, ਸ਼ਸਤਰਧਾਰੀ ਹੋ ਕੇ, ਜੇ ਜਬਰ ਅਤੇ ਜ਼ੁਲਮ ਸਿੱਖਿਆ ਦੇ ਨਾਲ, ਉਪਦੇਸ਼ ਦੇ ਨਾਲ ਨਹੀਂ ਰੁਕਦਾ, ਫਿਰ ਜਬਰ ਅਤੇ ਜ਼ੁਲਮ ਦੇ ਪੈਰ ਰੋਕਣ ਵਾਸਤੇ ਤਲਵਾਰ ਚੱਕਣੀ ਵੀ ਸੰਤ ਦਾ ਧਰਮ ਬਣ ਜਾਂਦਾ ਹੈ। ਅਤੇ ਸੰਤ ਅਤੇ ਸਿਪਾਹੀ ਦਾ ਜੋ ਸੁਮੇਲ ਹੈ, ਸਤਿਗੁਰੂ ਜੀ ਨੇ ਖਾਲਸਾ ਕਿਹਾ ਹੈ, ਜੋ ਸ਼ੁੱਧ ਹੈ, ਪਿਓਰ ਹੈ। ਅਤੇ ਖਾਲਸੇ ਨੂੰ ਆਪਣਾ ਖਾਸ ਰੂਪ ਸਤਿਗੁਰੂ ਜੀ ਨੇ ਕਿਹਾ ਹੈ। ਇਹ ਵੀ ਸਤਿਗੁਰੂ ਜੀ ਨੇ ਬਖਸ਼ਿਆ ਹੈ, ਖਾਲਸਾ ਹੈ ਕੌਣ? ਆਤਮ ਰਸ ਜਿਹ ਜਾਨਹੀ, ਸੋ ਹੈ ਖਾਲਸ ਦੇਵ, ਪ੍ਰਭ ਮਹਿ ਮੋਹ ਮਹਿ ਤਾਸ ਮਹਿ, ਰੰਚਕ ਨਾਹਿਨ ਭੇਦ। ਉਹ ਇੱਕ ਰੂਪ ਹੈ, ਇੱਕ ਮਿੱਕ ਹੈ। ਸਤਿਗੁਰੂ ਜੀ ਨੇ ਐਸੇ ਖਾਲਸੇ ਦੇ ਸਤਿਕਾਰ ਦੀ ਬਹੁਤ ਸੁੰਦਰ ਬਖਸ਼ਿਸ਼ ਕੀਤੀ ਹੈ, ਜਜਨ ਭਜਨ ਮਮ ਖਾਲਸਾ, ਖਾਲਸਾ ਪੂਜਬੇ ਯੋਗ, ਦਾਸ ਗੋਬਿੰਦ ਫਤਿਹ ਖਾਲਸਾ, ਦਰਸ ਪਰਸ ਮਿਟੇ ਸੋਗ। ਮੈਂ ਤਾਂ ਐਸੇ ਖਾਲਸੇ ਦੀ ਪੂਜਾ ਕਰਦਾ ਹਾਂ, ਖਾਲਸੇ ਦਾ ਹੀ ਮੈਂ ਭਜਨ ਕਰਦਾ ਹਾਂ, ਕਿਉਂ ਖਾਲਸਾ ਪੂਜਣ ਯੋਗ ਹੈ। ਐਸੇ ਖਾਲਸੇ ਦੇ ਦਰਸ਼ਨ ਕਰਕੇ, ਦਾਸ ਗੋਬਿੰਦ ਫਤਿਹ ਖਾਲਸਾ, ਦਰਸ ਪਰਸ ਮਿਟੇ ਸੋਗ, ਚਿੰਤਾਵਾਂ ਮਿਟ ਜਾਂਦੀਆਂ ਹਨ। ਸਤਿਗੁਰੂ ਜੀ ਨੇ ਫਰਮਾਇਆ ਹੈ, ਸਾਧ ਕੈ ਸੰਗ ਨਾਹੀ ਕਛ ਕਾਲ, ਦਰਸ਼ਨ ਭੇਟਤ ਹੋਤ ਨਿਹਾਲ।
ਬੰਦਗੀ ਵਾਲੇ ਮਹਾਂਪੁਰਖ ਦੇ ਕੋਲ ਬੈਠੋ, ਦਰਸ਼ਨ ਕਰਕੇ ਹੀ ਮਨ ਨੂੰ ਸ਼ਾਂਤੀ ਟਕਾ ਮਿਲਦਾ ਹੈ, ਸੁੱਖ ਮਿਲਦਾ ਹੈ। ਐਸੀ ਨਾਮ ਦੀ ਵਡਿਆਈ ਹੈ। ਸੋ ਸਤਿਗੁਰੂ ਜੀ ਨੇ ਜੋ ਉਪਦੇਸ਼ ਦਿੱਤਾ ਵੀ ਸੰਸਾਰ ਅੰਦਰ ਰਹਿੰਦਿਆਂ ਹੋਇਆਂ ਨਾਮ ਬਾਣੀ ਦਾ ਪ੍ਰਚਾਰ ਕਰੋ, ਪਰਉਪਕਾਰ ਦੇ ਕਾਰਜ ਕਰੋ, ਉਹ ਸਤਿਗੁਰੂ ਜੀ ਦੇ ਬਚਨਾਂ ਨੂੰ ਪ੍ਰਤੱਖ ਰੂਪ ਦੇ ਵਿੱਚ ਜਿਨ੍ਹਾਂ ਨੇ ਕਮਾ ਕੇ ਸੰਸਾਰ ਨੂੰ ਦੱਸਿਆ ਹੈ ਵੀ ਸੇਵਾ ਕਿਵੇਂ ਕਰੀਦੀ ਹੈ, ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹਿ ਬੈਸਣ ਪਾਈ ਹੈ, ਕਹੋ ਨਾਨਕ ਬਾਂਹ ਲੁਡਾਈ ਹੈ। ਲੋੜਵੰਦਾਂ ਦੀ ਕਿਵੇਂ ਸੇਵਾ ਕਰੀਦੀ ਹੈ, ਗੁਰੂ ਘਰ ਦੀ ਕਿਵੇਂ ਸੇਵਾ ਕਰੀਦੀ ਹੈ, ਗੁਰੂ ਗ੍ਰੰਥ ਸਾਹਿਬ ਦੀ ਕਿਵੇਂ ਸੇਵਾ ਕਰੀਦੀ ਹੈ, ਅਤੇ ਨਾਮ ਬਾਣੀ ਦੇ ਪ੍ਰਚਾਰ ਵਾਸਤੇ ਕਿਵੇਂ ਸੱਚਾਈ ਨੂੰ ਸਾਹਮਣੇ ਰੱਖ ਕੇ ਸੱਚੀ ਗੱਲ ਕਹਿਣ ਤੋਂ ਜ਼ਰਾ ਵੀ ਪਰਹੇਜ਼ ਨਹੀਂ ਕਰਨਾ, ਅਤੇ ਜਿੱਤ ਤਾਂ ਸੱਚ ਦੀ ਹੁੰਦੀ ਹੈ। ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ, ਐਸਾ ਚੜ੍ਹਦੀ ਕਲਾ ਸਹਿਤ ਪਹਿਰਾ ਦੇਣ ਵਾਲੇ ਸਾਡੇ ਬਹੁਤ ਹੀ ਪਿਆਰੇ ਮਹਾਂਪੁਰਖ ਸੰਤ ਬਾਬਾ ਮਾਨ ਸਿੰਘ ਜੀ, ਉਹਨਾਂ ਦੇ ਪਿਆਰ ਦਾ ਸਦਕਾ, ਉਹਨਾਂ ਦੇ ਉਪਕਾਰਾਂ ਨੂੰ ਸੰਸਾਰ ਜਾਣਦਾ ਹੈ। ਇਹ ਨਹੀਂ ਵੀ ਸੰਸਾਰ ਦੇ ਲੋਕਾਂ ਨੂੰ ਪਤਾ ਹੈ, ਸਾਰੇ ਧਰਮਾਂ ਦੇ ਲੋਕਾਂ ਨੂੰ ਪਤਾ ਹੈ, ਕਿਉਂਕਿ ਸੰਤ ਉਹ ਸਾਰਿਆਂ ਵਿੱਚ ਆਪਣਾ ਆਪ ਵੇਖਦਾ ਹੈ, ਉਹ ਆਪਣੇ ਆਤਮ ਸਰੂਪ ਨੂੰ ਸਾਰਿਆਂ ਦੇ ਵਿੱਚ ਵੇਖਦਾ ਹੈ। ਉਸ ਦੇ ਵਾਸਤੇ ਨਾ ਕੋਈ ਬੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮ ਕੋ ਬਣੇ ਆਈ। ਸਤਿਗੁਰੂ ਜੀ ਬਖਸ਼ਿਸ਼ ਕਰਨ, ਮਹਾਂਪੁਰਖ ਸੰਤ ਬਾਬਾ ਮਾਨ ਸਿੰਘ ਜੀ ਨੂੰ ਹੋਰ ਲੰਮੀ ਉਮਰ, ਦੇਹ ਅਰੋਗਤਾ, ਤੰਦਰੁਸਤੀ, ਚੜ੍ਹਦੀ ਕਲਾ ਬਖਸ਼ਣ। ਇਸੇ ਤਰ੍ਹਾਂ ਨਾਮ ਬਾਣੀ ਗੁਰਮਤਿ ਦਾ ਪ੍ਰਚਾਰ ਕਰਦੇ ਹੋਏ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀਆਂ ਅਸੀਸਾਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮਹਾਨ ਬਖਸ਼ਿਸ਼ ਸਦਾ ਹੀ ਮਹਾਂਪੁਰਖਾਂ ਨੂੰ ਪ੍ਰਾਪਤ ਹੈ, ਅਤੇ ਸਾਨੂੰ ਕਿਵੇਂ ਪ੍ਰਾਪਤ ਹੋਵੇ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵਡ ਭਾਗੀ ਪਾਏ, ਕੋੜ ਜਨਮ ਕੇ ਕਿਲਵਿਖ ਨਾਸੇ, ਹਰ ਚਰਨੀ ਚਿਤ ਲਾਏ। ਸਾਨੂੰ ਗੁਰਬਾਣੀ ਦਾ ਮਾਰਗ ਦਰਸ਼ਨ ਮਹਾਂਪੁਰਖ ਬਹੁਤ ਸੌਖੇ, ਸਿੱਧੇ, ਸਰਲ ਸ਼ਬਦਾਂ ਦੇ ਵਿੱਚ ਸਮਝਾਉਂਦੇ ਹਨ, ਸਮਝਾਉਂਦੇ ਰਹਿਣ। ਸਤਿਗੁਰੂ ਸਦਾ ਮਹਾਂਪੁਰਖਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ। ਇਤਨੇ ਸ਼ਬਦ ਪ੍ਰਵਾਨ, ਭੁੱਲਾਂ ਗਲਤੀਆਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਕਪਾਲ ਸਿੰਘ ਜੀ, ਜਿਨ੍ਹਾਂ ਨੇ ਬੜੇ ਪਿਆਰ, ਸਤਿਕਾਰ ਅਤੇ ਸ਼ਰਧਾ ਦੇ ਨਾਲ ਮਹਾਂਪੁਰਖਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਤੈਅ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਰਾਹਾਂ ਤੋਂ ਚੱਲ ਕੇ ਆਏ, ਉਹਨਾਂ ਰਾਹਾਂ ਤੋਂ ਬਲਹਾਰ ਜਾਂਦੇ ਹਾਂ। ਆਓ ਸਾਡੇ ਸਤਿਕਾਰਯੋਗ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਮਲ ਸਿੰਘ ਜੀ ਮਹਾਂਪੁਰਖਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ ਬੜੇ ਪਿਆਰ ਸਤਿਕਾਰ ਨਾਲ। ਆਓ ਸਰਵਣ ਕਰਦੇ ਹਾਂ ਜੀ ਸਿੰਘ ਸਾਹਿਬ ਗਿਆਨੀ ਮਲ ਸਿੰਘ ਜੀ ਮਹਾਂਪੁਰਖ। ਵਾਹਿਗੁਰੂ ਜੀ ਦਾਹੋਂ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੂੰ ਨਾਹੀ ਵਿਸਰਿਆ। ਬੇਸੁਮਾਰ ਅਥਾਹ ਅਗਣਤ ਅਤੋਲੈ, ਜਿਉਂ ਬੁਲਾਵਹੁ
ਤਿਉਂ ਨਾਨਕ ਦਾਸ ਬੋਲੈ ਜਿਉਂ ਬੁਲਾਵਹਾਂ ਤਿਉਂ ਨਾਨਕ ਦਾਸ ਬੋਲੈ। ਸਨਮਾਨਯੋਗ ਗੁਰੂ ਨਿਵਾਜੀ ਗੁਰੂ ਸਵਾਰੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਆਓ ਸਾਰੇ ਪਿਆਰ ਨਾਲ ਕਰੋ ਰਸਨਾ ਨੂੰ ਪਵਿੱਤਰ। ਸਤਿਗੁਰੂ ਜੀ ਦੀ ਬਖਸ਼ਿਸ਼ ਕੀਤੀ ਗੁਰਫਤਿਹ ਦੀ ਸਾਂਝ ਸਾਰੇ ਪ੍ਰੇਮ ਸਹਿਤ ਪਾਓ। ਆਓ ਪਿਆਰ ਸਹਿਤ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚਖੰਡ ਵਾਸੀ ਮਹਾਂਪੁਰਖ ਸੰਤ ਬਾਬਾ ਈਸ਼ਰ ਸਿੰਘ ਜੀ, ਤਿਨ੍ਹਾਂ ਦੀ ਸਲਾਨਾ ਯਾਦ ਵਿੱਚ ਮੇਰੇ ਬਹੁਤ ਸਤਿਕਾਰਯੋਗ ਮਹਾਂਪੁਰਖ ਸੰਤ ਬਾਬਾ ਮਾਨ ਸਿੰਘ ਜੀ ਭੇਵੇ ਸਾਹਿਬ ਵਾਲਿਆਂ ਵੱਲੋਂ ਇਸ ਆਪਣੇ ਸਥਾਨ ਦੇ ਉੱਤੇ ਹਰ ਸਾਲ ਦੀ ਤਰ੍ਹਾਂ ਜੋ ਗੁਰਮਤਿ ਸਮਾਗਮ ਕੀਤੇ ਜਾ ਰਹੇ ਹਨ, ਜਿਸ ਅੰਦਰ ਮਹਾਂਪੁਰਖਾਂ ਦੇ ਪ੍ਰੇਮ ਦਾ ਸਦਕਾ ਮੇਰੇ ਬਹੁਤ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ, ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜੀ, ਜਥੇਦਾਰ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਜਿਨ੍ਹਾਂ ਨੇ ਹੁਣੇ ਆਪ ਸੰਗਤਾਂ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਆ, ਅਤੇ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ, ਵੇਦੰਤੀ ਜੀ, ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਮਹਾਂਪੁਰਖਾਂ ਦੇ ਪ੍ਰੇਮ ਦਾ ਸਦਕਾ ਵੱਖ ਵੱਖ ਸਾਰੇ ਸੰਪਰਦਾਵਾਂ ਦੇ ਵਿੱਚੋਂ ਬਹੁਤ ਮਹਾਂਪੁਰਖ ਜਿੱਥੇ ਨਾਨਕ ਸਰ ਕਲੇਰਾਂ ਤੋਂ ਕੀਰਤਨ ਰਾਹੀਂ ਅਤੇ ਗੁਰਮਤਿ ਵਿਚਾਰਾਂ ਰਾਹੀਂ ਹਾਜ਼ਰੀਆਂ ਲਵਾ ਕੇ ਗਏ ਹਨ, ਉੱਥੇ ਸੰਤ ਬਾਬਾ ਮਨਮੋਹਨ ਸਿੰਘ ਜੀ ਬਾਰਨੇ ਵਾਲੇ ਬੈਠੇ ਹਨ, ਪੰਜ ਭੈਣੀਆਂ ਵਾਲੇ ਮਹਾਂਪੁਰਖ, ਹੋਰ ਬਹੁਤ ਸਾਰੇ ਗੁਰੂ ਸਵਾਰੀ ਸੰਗਤ ਜੀ, ਦਾਸ ਤੋਂ ਪਹਿਲਾਂ ਪ੍ਰਵੋਕਤ ਬਖਤਿਆਂ ਦੇ ਪਾਸੋਂ ਆਪ ਸਰਵਣ ਕੀਤਾ, ਮਹਾਂਪੁਰਖ ਪਰੋਪਕਾਰ ਲਈ ਆਉਂਦੇ ਹਨ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬੋਲ ਹਨ, ਗੁਰਮੁਖ ਪਰਉਪਕਾਰੀ ਵਿਰਲਾ ਆਇਆ, ਗੁਰਮੁਖ ਸੁਖ ਫਲ ਪਾਏ ਆਪ ਗਵਾਇਆ। ਪਰ ਮਹਾਂਪੁਰਖ ਜਿਹੜੇ ਸੰਤ ਹੁੰਦੇ ਹਨ, ਗੁਰਬਾਣੀ ਦੇ ਅੰਦਰ ਜਿਹੜੇ ਪੂਰਨ ਸੰਤ ਹਨ, ਉਹਨਾਂ ਦੇ ਸੰਬੰਧ ਵਿੱਚ ਹਜ਼ੂਰ ਨੇ ਕਿਹਾ, ਰਾਮ ਸੰਤ ਮੈਂ ਭੇਦ ਕਿਛੁ ਨਾਹੀਂ, ਹਰ ਜਨਮ ਹੈ ਕਈ ਲਾਖ ਕਰੋਰੇ। ਜਿਹੜੇ ਪ੍ਰਭੂ ਦੇ ਪਿਆਰੇ ਪ੍ਰਭੂ ਪਰਮਾਤਮਾ ਦੇ ਨਾਲ ਅਭੇਦ ਹੋਏ ਨੇ, ਉਹਨਾਂ ਦਾ ਕੋਈ ਫਰਕ ਨਹੀਂ ਹੁੰਦਾ। ਜਿਸ ਤਰ੍ਹਾਂ ਆਪ ਸਰਵਣ ਕੀਤਾ ਹੈ ਬੱਦਲ ਦੇ ਸੰਬੰਧ ਵਿੱਚ, ਆਕਾਸ਼ ਤੋਂ ਬਰੇ ਹੋਏ ਬੱਦਲ ਦੀ ਬੂੰਦ ਜਾਂ ਸਮੁੰਦਰ ਤੋਂ ਵਿਛੜੀ ਹੋਈ ਬੂੰਦ ਸਮੁੰਦਰ 'ਚ ਸਮਾ ਕੇ ਸਮੁੰਦਰ ਦਾ ਰੂਪ ਹੋਣ ਦਾ ਉਹਨੂੰ ਮਾਣ ਪ੍ਰਾਪਤ ਹੈ, ਉਹ ਆਪਣੇ ਆਪ ਨੂੰ ਸਮੁੰਦਰ ਹੀ ਮੰਨਦੀ ਹੈ ਜੋ ਵਿੱਚ ਮਿਲ ਗਈ ਹੈ। ਇਸੇ ਤਰ੍ਹਾਂ ਪ੍ਰਭੂ ਦੇ ਪਿਆਰੇ ਜੋ ਸੰਤ ਹੁੰਦੇ ਨੇ, ਉਹ ਪਰਮਾਤਮਾ ਦਾ ਰੂਪ ਹੀ ਹੁੰਦੇ ਹਨ। ਹਰ ਕਾ ਸੇਵਕ ਹਰ ਹੀ ਜਿਹਾ, ਭੇਦ ਨਾ ਜਾਣਹੋ ਮਾਨਸ ਦੇਹਾ। ਧਾਰਮਿਕ ਦੁਨੀਆ ਦੇ ਅੰਦਰ ਸੰਤ ਸਰਵੋਤਮ ਸ਼ਬਦ ਮੰਨਿਆ ਹੈ। ਜਿਵੇਂ
ਪੰਛੀਆਂ ਦੇ ਵਿੱਚੋਂ ਹੰਸ ਸਭ ਤੋਂ ਉੱਤਮ ਮੰਨਿਆ। ਜਿਵੇਂ ਜੰਗਲੀ ਜਾਨਵਰਾਂ ਦੇ ਵਿੱਚੋਂ ਸ਼ੇਰ ਮੰਨਿਆ ਹੈ, ਬਨਸਪਤੀ ਦੇ ਵਿੱਚੋਂ ਚੰਦਨ ਉੱਤਮ ਮੰਨਿਆ ਹੈ, ਇਸੇ ਤਰ੍ਹਾਂ ਮਨੁੱਖਤਾ ਦੇ ਵਿੱਚੋਂ ਪ੍ਰਭੂ ਦੇ ਪਿਆਰੇ ਜਿਹੜੇ ਪੂਰਨ ਸੰਤ ਹਨ ਉਹਨਾਂ ਨੂੰ ਉੱਤਮ ਮੰਨਿਆ ਹੈ। ਪਰ ਐਸੇ ਬਹੁਤੇ ਨਹੀਂ ਹੁੰਦੇ, ਬਹੁਤ ਥੋੜ੍ਹੇ ਹੁੰਦੇ ਹਨ। ਗੁਰਬਾਣੀ ਗੁਰੂ ਦੇ ਉਪਦੇਸ਼ ਅਨੁਸਾਰ ਉਹ ਆਪ ਜ਼ਿੰਦਗੀ ਜੀਂਦੇ ਹਨ ਅਤੇ ਹੋਰਾਂ ਨੂੰ ਗੁਰੂ ਦੇ ਹੁਕਮ ਅਨੁਸਾਰ ਜੀਵਨ ਢਾਲਣ ਦਾ ਉਹ ਉਪਦੇਸ਼ ਦਿੰਦੇ ਹਨ। ਦਾਸ ਨੇ ਵੀ ਬਚਪਨ ਦੇ ਅੰਦਰ ਸੰਤ ਬਾਬਾ ਈਸ਼ਰ ਸਿੰਘ ਜੀ ਦਾ ਕੀਰਤਨ, ਉਹਨਾਂ ਦੇ ਗੁਰਮਤਿ ਵਿਚਾਰਾਂ ਸ਼੍ਰਵਣ ਕੀਤੀਆਂ ਹਨ। ਉਹ ਹਮੇਸ਼ਾ ਗੁਰਬਾਣੀ ਨਾਲ ਜਿੱਥੇ ਆਪ ਜੁੜੇ ਹੋਏ ਸਨ, ਪ੍ਰਭੂ 'ਚ ਅਭੇਦ ਸਨ, ਜੀਆਂ ਨੂੰ ਗੁਰਬਾਣੀ ਨਾਲ ਜੁੜਨ ਦੀ ਹੀ ਪ੍ਰੇਰਨਾ ਕਰਦੇ ਹਨ। ਗੁਰੂ ਸਵਾਰੀ ਸੰਗਤ ਜੀ, ਗੁਰੂ ਕਾ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਸਾਨੂੰ ਪ੍ਰੇਰਣਾ ਮਿਲਦੀ ਆ, ਮਹਾਂਪੁਰਖਾਂ ਦੀ ਐਸੀ ਰਹਿਣੀ, ਐਸੀ ਉਹਨਾਂ ਦੀ ਕਰਨੀ ਹੁੰਦੀ ਆ। ਇੱਕ ਵਾਰ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਗੁਰੂ ਕੇ ਸਿੱਖਾਂ ਨੇ, ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਆਦਿ ਸਿੱਖਾਂ ਨੇ ਹੱਥ ਜੋੜ ਬੇਨਤੀ ਕੀਤੀ, ਹਜ਼ੂਰ ਕਿਰਪਾ ਕਰੋ, ਗੁਰਸਿੱਖ ਦੀ ਰਹਿਣੀ ਕੀ ਹੈ। ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਵਚਨ ਆਉਂਦੇ ਹਨ, ਇੱਕ ਦਿਨ ਸੰਗਤ ਸਤਿਗੁਰ ਪਾਸ ਬੈਠੀ ਹੁਤੀ ਬ੍ਰਿੰਦ ਚੋਂ ਪਾਸ, ਬੁੱਢੇ ਆਦਿਕ ਸਿੱਖ ਜੇ ਸਿਆਣੇ, ਹਿੱਤ ਬੁੱਝਣ ਕੇ ਬੈਨ ਵਖਾਨੇ, ਸਿੱਖੀ ਕੀ ਰਹਿਣੀ ਹੈ ਜਿਸ ਢਾਲ, ਆਪ ਕਹੋ ਸ੍ਰੀ ਮੁਖ ਕਿਰਪਾਲ। ਬਾਬਾ ਬੁੱਢਾ ਜੀ ਆਦਿਕ ਗੁਰੂ ਕੇ ਸਿੱਖਾਂ ਨੇ ਪੁੱਛਿਆ, ਪਾਤਸ਼ਾਹ ਜੋ ਗੁਰਸਿੱਖੀ ਦੀ ਰਹਿਣੀ ਹੈ ਆਪ ਉਹ ਕਿਰਪਾ ਕਰਕੇ ਸਾਨੂੰ ਦੱਸਣਾ ਕਰੋ। ਹਾਲਾਂਕਿ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਮਹਾਨ ਬਖਸ਼ਿਸ਼ ਦੇ ਪਾਤਰ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ, ਜਦੋਂ ਅਸੀਂ ਸੰਤ ਸ਼ਬਦ ਦੇ ਸੰਬੰਧ ਵਿੱਚ ਪੜ੍ਹਦੇ ਹਾਂ, ਨਾਨਕ ਪ੍ਰਕਾਸ਼ ਵਿੱਚ ਬਚਨ ਆਉਂਦੇ ਹਨ, ਗੁਰਸੰਗਤ ਜੀ ਧੰਨ ਗੁਰੂ ਨਾਨਕ ਦੇਵ ਜੀ ਨੇ ਗੁਰਸਿੱਖਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੂੰ ਗੁਰੂ ਨਾਨਕ ਨੇ ਸੰਤ ਕਿਹਾ ਸੀਗਾ, ਨਾਨਕ ਪ੍ਰਕਾਸ਼ ਵਿੱਚ ਇਹ ਜ਼ਿਕਰ ਆਉਂਦਾ ਹੈ। ਕਵੀ ਸੰਤੋਖ ਸਿੰਘ ਜੀ ਨੇ ਇਸ ਸੰਬੰਧ ਵਿੱਚ ਨਾਨਕ ਪ੍ਰਕਾਸ਼ ਵਿੱਚ ਲਿਖਿਆ, ਇੱਕ ਦਿਨ ਬਹਿਰ ਬਿਰਸ ਕੀ ਛਾਇਆ, ਬੈਠੇ ਹੁਤੇ ਗੁਰ ਸਹਿਜ ਸੁਭਾਇਆ, ਬਾਲਕ ਆਜਾ ਚਰਾਵਨ ਆਵਗਾ, ਜਗਨ ਲੱਗਿਓ ਜਿਹ ਭਾਗ ਸੁਹਾਵਾ। ਬਾਬਾ ਬੁੱਢਾ ਜੀ ਬੱਕਰੀਆਂ ਚਾਰਨ ਵਾਸਤੇ ਆਏ ਨੇ, ਗੁਰੂ ਨਾਨਕ ਦੇਵ ਜੀ ਇੱਕ ਰੁੱਖ ਦੀ ਛਾਇਆ ਥੱਲੇ ਬੈਠੇ ਸਨ, ਤੇਹ ਬਲੋਕ ਬੋਲੇ ਗਤ ਦਾਈ, ਆਨੋ ਬਾਲੇ ਬਾਲ ਬਲਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਹਨ ਵੀ ਹੇ ਭਾਈ ਬਾਲਿਆ, ਉਹ ਬਾਲਕ ਜੋ ਅਜਾ ਚਾਰ ਰਿਹਾ ਉਸ ਨੂੰ ਬੁਲਾ ਕੇ ਲੈ ਕੇ ਆਉਣਾ ਕਰ। ਸਮਾਂ ਬਹੁਤ ਹੋ ਗਿਆ, ਮੈਂ ਸੰਖੇਪ ਜੀ ਬੇਨਤੀ ਕਰਨੀ ਆ ਅੱਗੇ ਗੁਰੂ ਨਾਨਕ ਗੁਰੂ ਅਮਰਦਾਸ ਜੀ ਤੋਂ ਸਿੱਖ ਦੀ ਰਹਿਣੀ ਦੇ ਸੰਬੰਧ ਵਿੱਚ ਵੀ ਜ਼ਿਕਰ ਕਰਨਾ ਜੋ ਪ੍ਰਸੰਗ ਆਰੰਭ ਕੀਤਾ। ਗੱਲ ਸੰਤ ਤੋਂ ਚੱਲ ਪਈ, ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੂੰ ਸੰਤ ਕਿਹਾ, ਭਾਈ ਬਾਲਾ ਜੀ ਬੁਲਾਵਣ ਚਲੇ ਗਏ। ਬਾਬਾ ਬੁੱਢਾ ਜੀ ਬਚਪਨ ਵਿੱਚ ਬਾਲਕ ਅਵਸਥਾ 'ਚ ਗੁਰੂ ਨਾਨਕ ਦੇਵ ਜੀ ਦੇ ਕੋਲ ਆਏ, ਸਤਿਗੁਰੂ ਨੂੰ ਸਿਰ ਝੁਕਾਇਆ, ਬੜੇ ਪਿਆਰੇ ਪਿਆਰੇ ਬਚਨ ਹਜ਼ੂਰ ਦੇ ਨਾਲ ਕੀਤੇ ਨੇ। ਹਜ਼ੂਰ ਨੇ ਹੁਕਮ ਕੀਤਾ ਜਾਵਣ ਵਾਸਤੇ, ਬਾਬਾ ਬੁੱਢਾ ਜੀ ਚਲੇ ਗਏ। ਉੱਥੇ ਬੜੇ ਵਿਸਥਾਰ ਨਾਲ ਪ੍ਰਸੰਗ ਆ। ਬਾਅਦ ਵਿੱਚ ਭਾਈ ਬਾਲਾ ਜੀ ਨੇ ਪੁੱਛਿਆ, ਪਾਤਸ਼ਾਹ ਆਪ ਜੀ ਦੀ ਬੜੀ ਬਖਸ਼ਿਸ਼, ਬੜੀ
ਥਾਂ ਥਾਂ ਵਿਚਰ ਕੇ ਬੜਾ ਮਿਲਾਪ ਹੋਇਆ, ਬੜਿਆਂ ਦੇ ਦਰਸ਼ਨ ਕੀਤੇ, ਪਰ ਇਸ ਤਰ੍ਹਾਂ ਕਿਸੇ ਨੂੰ ਆਪ ਨੇ ਦਾਸ ਨੂੰ ਭੇਜ ਕੇ ਕੋਲ ਨਹੀਂ ਸੱਦਿਆ ਬੱਚੇ ਨੂੰ। ਇਹ ਕੌਣ ਸੀ ਬਾਲਕ ਜੀ ਨੂੰ ਤੁਸਾਂ ਮੈਨੂੰ ਹੁਕਮ ਕਰਕੇ ਕੋਲ ਬੁਲਾਇਆ? ਪਰ ਇਸ ਬਚਪਨ ਵਿੱਚ ਉਹ ਐਸੇ ਸੰਤ ਬਚਨ ਕਰ ਰਿਹਾ ਸੀ ਬਾਲਕ, ਜਿਵੇਂ ਕੋਈ ਬਹੁਤ ਵੱਡਾ ਕੋਈ ਮਹਾਂਪੁਰਖ ਬਚਨ ਕਰਦਾ। ਹਜ਼ੂਰ ਇਹ ਕੌਣ ਹੈ ਬਾਲਕ? ਉੱਥੇ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ, ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਭਾਈ ਵਾਲਿਆ, ਇਹ ਬਾਲਕ ਹੈ ਬਹੁ ਮਤਵੰਤਾ, ਕਿਤਕ ਦਿਵਸ ਵਹਿ ਮੈਂ ਹਵੈ ਪੂਰਨ ਸੰਤਾ। ਦੇਖੇਗਾ ਭਾਈ ਵਾਲਿਆ, ਇਹਨੇ ਚੰਦ ਦਿਨਾਂ ਨੂੰ ਹੀ ਪਾਸ ਆ ਜਾਣਾ, ਇਹ ਪੂਰਨ ਸੰਤ ਪ੍ਰਗਟ ਹੋਵੇਗਾ। ਜੀਵਨ ਮੁਕਤ ਪੁਰਖ ਕਹਾਵਹਿਂ, ਆਪਣੇ ਬਚਨ ਸੇ ਬਹੁਤ ਤਰਾਵਹਿਂ। ਇਹ ਨਾਨਕ ਪ੍ਰਕਾਸ਼ ਵਿੱਚ ਪ੍ਰਸੰਗ ਆਉਂਦੇ ਹਨ। ਧੰਨ ਗੁਰੂ ਅਮਰਦਾਸ ਜੀ ਨੂੰ ਬਾਬਾ ਬੁੱਢਾ ਜੀ ਨੇ ਪੁੱਛਿਆ, ਪਾਤਸ਼ਾਹ ਸਿੱਖੀ ਦੀ ਰਹਿਣੀ ਆਪ ਬਖਸ਼ਿਸ਼ ਕਰੋ, ਸਿੱਖੀ ਕੀ ਰਹਿਣੀ ਹੈ ਜਿਸ ਢਾਲ, ਆਪ ਕਹੋ ਸ੍ਰੀ ਮੁਖ ਕਿਰਪਾਲ। ਜਿਸ ਮੈਂ ਸਿੱਖ ਵਰਤੈ ਗਤ ਲਹੈ, ਭਵਜਲ ਵਿਖੈ ਬਹੁਰ ਨੈ ਵਹੈ। ਮਹਾਰਾਜ ਤੁਹਾਡੀ ਦੱਸੀ ਰਹਿਣੀ ਦੇ ਅੰਦਰ ਸਿੱਖ ਚੱਲੇ। ਫਿਰ ਸਭ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਕਹਿੰਦੇ, ਗੁਰਸਿੱਖੋ, ਗੁਰ ਕੇ ਵਾਕ ਜਿਨ ਦ੍ਰਿੜ ਕਰ ਮਾਨੇ, ਸੋ ਮਮ ਪਿਆਰੋ ਸਿੱਖ ਮਹਾਨੇ। ਮਹਾਰਾਜ ਕਹਿੰਦੇ, ਜਿਹਨੇ ਗੁਰੂ ਕੇ ਬਚਨਾਂ ਨੂੰ ਦ੍ਰਿੜ ਕਰਕੇ ਜੀਵਨ ਵਿੱਚ ਧਾਰਨ ਕਰ ਲਿਆ, ਉਹ ਸਾਨੂੰ ਸਭ ਤੋਂ ਪਿਆਰਾ ਸਿੱਖ ਲੱਗਦਾ ਹੈ। ਹਜ਼ੂਰ ਖੁਲਾਸਾ ਕਰ ਦਿਓ ਕਿਰਪਾ ਕਰਕੇ, ਆਪ ਦੇ ਬਚਨ ਕੀ ਨੇ ਜੋ ਮੰਨਣ ਯੋਗ ਨੇ? ਧੰਨ ਗੁਰੂ ਅਮਰਦਾਸ ਜੀ। ਮਹਾਰਾਜ ਕਹਿੰਦੇ, ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਜ਼ਿਕਰ ਹੈ, ਹਜ਼ੂਰ ਕਹਿੰਦੇ, ਬਾਬਾ ਜੀ, ਜੱਗ ਹੈ ਜਾਮ ਜਾਮਣੀ ਰਹੇ, ਬੱਜਣ ਕਰ ਅਕੰਤ ਹੋਵੇ ਬਹੇ, ਮੋਰ ਸਰੂਪ ਮੋਹਰਿਦ ਮੋ ਧਾਰੇ, ਗੁਰਬਾਣੀ ਕੋ ਹਿਰਦੈ ਵਿਚਾਰੇ, ਮਨ ਕੋ ਦ੍ਰਿੜ ਕਰ ਸੁਰਤ ਟਿਕਾਵੈ, ਪ੍ਰਾਤ ਹੋਤ ਲਓ ਨਾਮ ਅਲਾਵੈ, ਧਰਮ ਕਿਰਤ ਕਰ ਸੰਤਨ ਸੇਵੈ, ਪਰ ਤੇਰੇ ਪਰ ਧਨ ਕਾਬੂ ਨਾ ਲੇਵੈ। ਪਰਮੇਸ਼ਰ ਕੋ ਭਾਣਾ ਮਨ ਹੈ, ਨਹੀਂ ਦੋਸਤ ਪ੍ਰਭ ਮੈਂ ਕਬ ਠੰਨ ਹੈ, ਆਸੋ ਜਾਨ ਮੁਦਤ ਚਿਤ ਰਹੈ, ਤਨ ਹੰਤਾ ਕੋ ਨਿਤ ਪ੍ਰਤ ਦਹੈ। ਵਿਆਖਿਆ ਕਰਨ ਦਾ ਇਹਨਾਂ ਪੰਗਤੀਆਂ ਦਾ ਸਮਾਂ ਨਹੀਂ, ਵੈਸੇ ਸਾਰੇ ਸਿਆਣੇ ਬੈਠੇ ਹੋ, ਸਮਝ ਆਉਂਦੀ ਆ। ਬਹੁਤ ਸਤਿਕਾਰਯੋਗ ਮਹਾਨ ਹਸਤੀਆਂ ਵਿਦਵਾਨ ਬੈਠੇ ਹਨ, ਜਿਹਨਾਂ ਮਹਾਂਪੁਰਖਾਂ ਦੀ ਯਾਦ ਵਿੱਚ ਆਪਾਂ ਇਕੱਤਰ ਹੋਏ ਹਾਂ। ਉਹਨਾਂ ਮਹਾਂਪੁਰਖਾਂ ਦਾ ਜੀਵਨ ਐਸੇ ਸੀ, ਜੱਗ ਹਜਾਮ ਜਾਮਣੀ ਰਹੇ ਕੀ, ਜਦੋਂ ਉਹਨਾਂ ਦਾ ਜੀਵਨ ਪੜ੍ਹਦਿਆਂ ਨਹਿਰ ਦੇ ਕਿਨਾਰੇ ਦੇ ਉੱਤੇ, ਉਹ ਅੱਧੀ ਰਾਤ ਨੂੰ ਹੀ ਨਹਿਰ ਦੇ ਵਿੱਚ ਖੜ੍ਹ ਕੇ ਸਿਮਰਨ ਵਿੱਚ ਜੁੜ ਜਾਇਆ ਕਰਦੇ ਸਨ। ਉਹ ਮਹਾਨ ਤਪੱਸਵੀ, ਮਹਾਨ ਜਪੀ ਤਪੀ ਸਨ। ਕਰਨੀ ਤੋਂ ਬਿਨਾਂ ਆਸਰ ਨਹੀਂ ਪੈਂਦਾ ਗੁਰਸੰਗਤ ਜੀ, ਅੱਜ ਅਸੀਂ ਕਰਨੀ ਤੋਂ ਸੱਖਣੇ ਹੋ ਗਏ ਹਾਂ। ਗੁਰੂ ਮਹਾਰਾਜ ਕਹਿੰਦੇ, ਗੁਰ ਕੇ ਵਾਕ ਜਿਨ ਦ੍ਰਿੜ ਕਰ ਮਾਨੇ, ਸੋ ਮਮ ਪਿਆਰੋ ਸਿੱਖ ਮਹਾਨੇ। ਧੰਨ ਗੁਰੂ ਰਾਮਦਾਸ ਜੀ ਨੇ ਵੇਖਿਆ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠਰ ਨਾਮ ਧਿਆਵੈ, ਉੱਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ, ਅੰਮ੍ਰਿਤ ਸਰਨ ਹਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲਹਿ ਜਾਵੈ, ਫਿਰ ਚੜ੍ਹਾ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰਨਾਮ ਧਿਆਵੈ, ਜੋ ਸਾਸ ਗ੍ਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ, ਜਿਸ ਨੂੰ ਦਇਆਲ ਹੋਵੈ ਮੇਰਾ ਸੁਆਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੇ ਨਾਮ ਜਪਾਵੈ। ਮਹਾਂਪੁਰਖ ਜਿਨ੍ਹਾਂ ਦੀ ਯਾਦ 'ਚ ਇਕੱਠੇ ਹੋਇਆਂ, ਜਿੱਥੇ ਉਹ ਮਹਾਨ ਪਰੋਪਕਾਰੀ ਸਨ, ਅਨੰਤ ਜੀਆਂ ਨੂੰ ਗੁਰੂ ਨਾਲ ਉਹਨਾਂ ਨੇ ਜੋੜਿਆ, ਉੱਥੇ ਸਤਿਕਾਰਯੋਗ ਮਹਾਂਪੁਰਖ ਸੰਤ ਬਾਬਾ ਮਾਨ ਸਿੰਘ ਜੀ ਆਹ ਸਮਾਗਮ ਕਰਕੇ ਨਹੀਂ ਇਕੱਲਾ ਗੁਰੂ ਨਾਲ ਜੋੜ ਰਹੇ, ਥਾਂ ਥਾਂ ਗੁਰਮਤ ਦਾ ਪ੍ਰਚਾਰ ਕਰਕੇ ਅਤੇ ਫਿਰ ਬਹੁਤ ਵੱਡੇ ਪਰੋਪਕਾਰ ਕਰ ਰਹੇ ਹਨ। ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜੀ ਨੇ ਦੱਸਿਆ, ਕਿਤੇ ਵੀ ਕੋਈ ਇਸ ਤਰ੍ਹਾਂ ਦਾ ਸਮਾਂ ਆ ਬਣਿਆ ਮਨੁੱਖਤਾ ਦੇ ਭਲਾਈ ਵਾਸਤੇ, ਉੱਥੇ ਹੀ ਜਾ ਕੇ ਭਾਵੇਂ ਵਸਤਰਾਂ ਦੀ ਲੋੜ ਹੈ,
ਭਾਵੇਂ ਲੰਗਰ ਦੀ ਲੋੜ ਹੈ, ਰਸਤਾਂ ਵਸਤਾਂ ਦੀ ਲੋੜ ਹੈ, ਉੱਥੇ ਜਾ ਕੇ ਭੰਡਾਰੇ ਖੋਲ੍ਹ ਦਿੰਦੇ ਹਨ, ਸਾਬਦੀਆਂ ਆਉਂਦੀਆਂ ਹਨ, ਕੋਈ ਸਮਾਗਮ ਹੁੰਦੇ ਨੇ, ਗੁਰੂ ਖਾਲਸਾ ਪੰਥ ਵੱਲੋਂ ਕਿਤੇ ਵੀ ਸੱਦਾ ਆ ਜਾਵੇ ਉੱਥੇ ਸੇਵਾ 'ਚ ਤੱਤਪਰ। ਆ ਸ਼੍ਰੀ ਅਨੰਦਪੁਰ ਸਾਹਿਬ ਜੀ ਦਾ ਆਪਾਂ 350 ਸਾਲਾ ਸਥਾਪਨਾ ਦਿਵਸ ਮਨਾ ਕੇ ਹਟਿਆ, ਮਹਾਂਪੁਰਖਾਂ ਨੂੰ ਬੇਨਤੀ ਕੀਤੀ, ਕਿਤਨਾ ਵੱਡਾ ਉੱਥੇ ਨਗਰ ਕੀਰਤਨ ਵੀ ਲੈ ਕੇ ਗਏ। ਪਹਿਲਾਂ ਮਹਾਂਪੁਰਖ ਕਹਿੰਦੇ ਸਨ ਅਸੀਂ ਨਗਰ ਕੀਰਤਨ ਹੀ ਲੈ ਕੇ ਆਉਣਾ, ਲੰਗਰ ਹੀ ਚਲਾਵਾਂਗੇ, ਪਰ ਪਤਾ ਨਹੀਂ ਮੌਜ ਦੇ ਮਾਲਕ ਮੌਕੇ 'ਤੇ ਆ ਕੇ ਫਿਰ ਇਹਨਾਂ ਦਾ ਐਸਾ ਮਨ ਬਣਿਆ, ਨਗਰ ਕੀਰਤਨ ਵੀ ਉਹ ਆਪਣੀ ਮਿਸਾਲ ਆਪ ਸੀ ਜਿਹੜੇ ਲੈ ਕੇ ਆਏ ਇਹ, ਅਤੇ ਫਿਰ ਲੰਗਰ ਵੀ ਉੱਥੇ ਐਸੇ ਕਿਧਰੇ ਪੀਜੇ ਦੇ, ਕਿਧਰੇ ਕੁਲਫੀਆਂ ਦੇ, ਕਿਧਰੇ ਠੰਡਿਆਂ ਦੇ, ਹਰ ਤਰ੍ਹਾਂ ਦੇ ਉੱਥੇ ਕੌਫੀ ਸਾਰੇ ਤਰ੍ਹਾਂ ਦੇ ਲੰਗਰ ਲੱਗੇ ਹੋਏ ਸਨ। ਹਰ ਤਰ੍ਹਾਂ ਦੇ ਇਸ ਤਰ੍ਹਾਂ ਦੇ ਪਰੋਪਕਾਰੀ ਕਾਰਜ, ਜਿੱਥੇ ਵੀ ਕੋਈ ਇਸ ਤਰ੍ਹਾਂ ਦੇ ਸਮਾਗਮ, ਕੋਈ ਗੁਰੂ ਖਾਲਸਾ ਪੰਥ ਵੱਲੋਂ ਕੋਈ ਸ਼ਤਾਬਦੀਆਂ ਸਥਾਪਨਾ ਦਿਵਸ ਮਨਾਏ ਜਾਂਦੇ ਹਨ ਉੱਥੇ ਹੀ, ਅਤੇ ਮਨੁੱਖਤਾ ਦੀ ਭਲਾਈ ਵਾਸਤੇ ਕਦੇ ਕੋਈ ਕੁਦਰਤੀ ਆਫਤ ਆ ਗਈ, ਅੱਗੇ ਵੱਧ ਕੇ ਹਰ ਥਾਂ ਵੱਧ ਤੋਂ ਵੱਧ ਇਹ ਸਾਰਾ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਬਹੁਤ ਵੱਡਾ ਆ ਇਸ ਅਸਥਾਨ ਦੇ ਉੱਤੇ ਵੀ ਕਿਵੇਂ ਸੁਭਾਵਾਂ, ਜਿੱਥੇ ਜਿੱਥੇ ਵੀ ਮਹਾਂਪੁਰਖਾਂ ਦੇ ਕੋਈ ਇਸ ਤਰ੍ਹਾਂ ਦੇ ਇਹ ਪੜਾਅ ਬਣਾਏ ਹੋਏ ਹਨ, ਅਸਥਾਨ ਹਨ ਗੁਰਮਤ ਦਾ ਪ੍ਰਚਾਰ ਕਰਨ ਲਈ, ਸਭ ਥਾਵਾਂ 'ਚ ਹੀ ਬੜੀਆਂ ਵੱਡੀਆਂ ਸੇਵਾਵਾਂ ਚੱਲ ਰਹੀਆਂ ਹਨ। ਮੈਂ ਸਮਾਂ ਬਹੁਤਾ ਲੈ ਲਵਾਂ, ਗੁਰੂ ਕਿਰਪਾ ਕਰੇ, ਗੁਰੂ ਸਵਾਰੀ ਸੰਗਤ ਜੀ ਸੁਨੇਮਰ ਬੇਨਤੀ ਹੈ, ਪਹਿਲਾਂ ਵੀ ਆਪ ਸੁਣਿਆ, ਇਹ ਮੇਨ ਮਕਸਦ ਇੱਕੋ ਹੀ ਆ ਗੁਰਮਤਿ ਸਮਾਗਮਾਂ ਦਾ, ਸਤਿਗੁਰ ਵਾਜੋਂ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉ ਬੁਰਾ। ਭਾਈ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ, ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੋ, ਨਸ਼ਿਆਂ ਤੋਂ ਮੁਕਤ ਹੋਵੋ, ਬਾਣੀ ਬਾਣੀ ਦੀ ਧਾਰਨੀ ਬਣੋ। ਜਿਹੜੇ ਕੋਈ ਰੋਮਾਂ ਦੀ ਬੇਅਦਬੀ ਕਰਦੇ ਆ, ਕੇਸ ਗੁਰੂ ਕੀ ਮੋਹਰ ਹਨ। ਕਲੰਗੀਆਂ ਵਾਲੇ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਹੈ, ਕੇਸਨ ਤੇ ਹਮ ਲੇਹੇ ਪਛਾਣ, ਚਹੈਂ ਬਚਾਵਨ ਕਸ਼ਟ ਮਹਾਨ, ਕੇਸਨ ਗਏ ਹਮ ਤੁਰਤ ਨਕਾਰਹੈਂ, ਆਪਣੀ ਲਾਗੀ ਛਾਪ ਨਿਹਾਰੈਂ। ਮਾਰੇ ਕਹਿੰਦੇ ਕੇਸ ਸਾਡੀ ਮੋਹਰ ਆ, ਕਦੇ ਸਿੱਖ ਭੁੱਲ ਕਰਕੇ ਦੁੱਖਾਂ 'ਚ ਵੀ ਘਿਰ ਗਿਆ ਨਾ, ਅਸੀਂ ਉਹਨੂੰ ਦੁੱਖਾਂ 'ਚੋਂ ਕੱਢ ਲਵਾਂਗੇ ਇਸ ਨਿਸ਼ਾਨੀ ਨਾਲ, ਇੱਥੋਂ ਤੱਕ ਕਿ ਨਰਕਾਂ 'ਚ ਵੀ ਨਹੀਂ ਉਸ ਨੂੰ ਪੈਣ ਦੇਵਾਂਗੇ। ਇਸ ਕਰਕੇ ਗੁਰੂ ਕੇ ਪਿਆਰਿਓ, ਜਿਹੜੇ ਕੋਈ ਰੋਮਾਂ ਦੀ ਬੇਅਦਬੀ ਕਰਦੇ ਆ, ਅੱਜ ਪਰਣ ਕਰਕੇ ਜਾਓ, ਤੁਹਾਡੇ ਜ਼ਿੰਦਗੀ ਦਾ ਇਹ ਇੱਕ ਯਾਦਗਾਰ ਕਾਇਮ ਹੋ ਜਾਏਗੀ ਵੀ ਹਾਂ ਮਹਾਂਪੁਰਖਾਂ ਦੀ ਬਰਸੀ 'ਤੇ ਅਸੀਂ ਇਕੱਠੇ ਹੋਏ ਸੀ, ਉਸ ਦਿਨ ਸਾਡੇ 'ਤੇ ਸਤਿਗੁਰੂ ਦੀ ਕਿਰਪਾ ਹੋਈ, ਸਿੱਖੀ ਸਰੂਪ ਦੇ ਵਿੱਚ ਅਸੀਂ ਵਾਪਸ ਆਏ ਹਾਂ, ਗੁਰੂ ਦੀ ਕਿਰਪਾ ਹੋ ਜਾਵੇਗੀ, ਇਹ ਬੇਨਤੀ ਪ੍ਰਵਾਨ ਕਰਨੀ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਲੱਖ ਲੱਖ ਸ਼ੁਕਰ, ਸਾਰੀਆਂ ਹੀ ਸਤਿਕਾਰ ਧਰਤੀਆਂ ਸਿੰਘ ਸਾਹਿਬਾਨਾਂ ਦਾ, ਮਹਾਂਪੁਰਖਾਂ ਦਾ, ਸਮੁੱਚੀ ਸੰਗਤ ਦਾ, ਵਿਸ਼ੇਸ਼ ਰੂਪ ਵਿੱਚ ਮਹਾਂਪੁਰਖ ਸੰਤ ਬਾਬਾ ਮਾਨ ਸਿੰਘ ਜੀ, ਜਿਨ੍ਹਾਂ ਨੇ ਹੁਕਮ ਕਰਕੇ ਆਪ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਬਹੁਤ ਹੀ ਸਾਰੇ ਸਿੰਘ ਸਾਹਿਬਾਨਾਂ ਨੂੰ ਮਹਾਂਪੁਰਖ ਬੜਾ ਮਾਣ ਸਤਿਕਾਰ ਬੜਾ ਪਿਆਰ ਦਿੰਦੇ ਹਨ। ਸਤਿਗੁਰੂ ਕਿਰਪਾ ਕਰਨ ਇਹਨਾਂ ਦੇ ਸਿਰ 'ਤੇ ਮਿਹਰ ਪ੍ਰਿਆਹਤ ਰੱਖ ਕੇ ਤੰਦਰੁਸਤੀ ਬਖਸ਼ਿਸ਼ ਕਰਕੇ ਇਸੇ ਤਰ੍ਹਾਂ ਪਰੋਪਕਾਰੀ ਕਾਰਜ ਗੁਰਮਤਿ ਦਾ ਪ੍ਰਚਾਰ ਇਹ ਕਰਾਉਂਦੇ ਰਹਿਣ। ਸਤਿਗੁਰੂ ਚੜ੍ਹਦੀ ਕਲਾ ਵਿੱਚ ਫੁੱਲਾਂ ਦੀ ਖਿਮਾ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਜਥੇਦਾਰ, ਜਿਨ੍ਹਾਂ ਨੇ ਬੜੇ ਪਿਆਰ ਸਤਿਕਾਰ ਸ਼ਰਧਾ ਦੇ ਨਾਲ ਮਹਾਂਪੁਰਖਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਤਹਿ ਦਿਲੋਂ ਧੰਨਵਾਦੀ ਹਾਂ। ਜਿਨ੍ਹਾਂ ਰਾਹਾਂ ਤੋਂ ਚੱਲ ਕੇ ਆਏ ਉਹਨਾਂ ਰਾਹਾਂ ਤੋਂ ਬਲਹਾਰ ਜਾਂਦੇ ਹਾਂ। ਆਓ ਹੁਣ ਆਪ ਜੀ ਦੇ ਸਾਹਮਣੇ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ, ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਹਰਿਮੰਦਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ।